ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਅਦਾਬ ਨਮਸਕਾਰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਜਿਸ ਦਾ ਨਾਮ ਹੈ ਜੀ ਡ੍ਰੀਮ ਲਾਈਟ ਲਰਨਰਸ ਡ੍ਰੀਮ ਲਾਈਟ ਲਰਨਰਸ ਤੇ ਅਸੀਂ ਸਾਰੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਜੀ ਇਸ ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ 28 ਸਤੰਬਰ ਦੇ ਜੋ ਕਰੰਟ ਅਫੇਅਰ ਦੇ ਕੁਐਸਚਨ ਨੇ ਜੀ ਉਹ ਡਿਸਕਸ ਕੀਤੇ ਜਾਣਗੇ ਉਹਨਾਂ ਨਾਲ ਸੰਬੰਧਿਤ ਜੋ ਵੀ ਸਟੈਟਿਕ ਜੀਕੇ ਦਾ ਪੋਰਸ਼ਨ ਬੰਦ ਹੈ ਜੀ ਉਹ ਵੀ ਡਿਸਕਸ ਕੀਤਾ ਜਾਵੇਗਾ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਠੀਕ ਹੈ ਜੀ ਹਾਂਜੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਐਂਡ ਬੈਲ ਆਈਕਨ ਵੀ ਦਬਾ ਲੈਣ ਤਾਂ ਜੋ ਨੋਟੀਫਿਕੇਸ਼ਨ ਹੈ ਹਰ ਇੱਕ ਵੀਡੀਓ ਦਾ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਠੀਕ ਹੈ ਜੀ ਇਹ ਜੋ ਸੈਸ਼ਨ ਹੈ ਪੰਜਾਬ ਪੁਲਿਸ ਅਕਸਾਈਜ਼ ਇੰਸਪੈਕਟਰ ਪੀਟ੍ਰੀਪਲ ਐਸਬੀ ਕਲਰਕ ਫੋਰੈਸਟ ਗਾਰਡ ਵੀਡੀਓ ਪੀਪੀਐਸਸੀ ਜੇਕਰ ਤੁਸੀਂ ਇੰਨਾ ਵਿੱਚੋਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਤੁਸੀਂ ਰਾਈਟ ਪਲੇਟਫਾਰਮ ਤੇ ਪਹੁੰਚ ਚੁੱਕੇ ਹੋ ਠੀਕ ਹੈ ਜੀ ਇਸ ਕਰੰਟ ਅਫੇਅਰ ਦਾ ਸੈਸ਼ਨ ਇੰਨਾ ਐਗਜ਼ਾਮਸ ਲਈ ਰੱਖਿਆ ਗਿਆ ਹੈਗਾ ਇਸ ਕਰਕੇ ਤੁਸੀਂ ਰੈਗੂਲਰ ਇਸ ਜਿਹੜਾ ਸੈਸ਼ਨ ਨੂੰ ਫੋਲੋ ਕਰਦੇ ਰਹਿਣਾ @theadreamnight learner search ਕਰੋਗੇ টেলিগ্রাম চ্যানেল ਤੁਹਾਨੂੰ ਪ੍ਰਾਪਤ ਹੋ ਜਾਵੇਗਾ ਪੀਡੀਐਫ ਚਾਹੀਦੀ ਹੈ ਤਾਂ ਟੈਲੀਗ੍ਰਾਮ ਚੈਨਲ ਤੇ ਤੁਸੀਂ ਪਹੁੰਚ ਸਕਦੇ ਹੋ ਲਿੰਕ ਵੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਉੱਤੇ ਕਲਿੱਕ ਕਰਕੇ ਤੁਸੀਂ ਸਿੱਧਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ ਪੀਡੀਐਫ ਤੁਹਾਨੂੰ ਉੱਥੇ ਪ੍ਰਾਪਤ ਹੋ ਜਾਵੇਗੀ ਠੀਕ ਹੈ ਜੀ ਹਾਂਜੀ ਅੱਜ ਦਾ ਪਹਿਲਾ ਕੁਐਸਚਨ ਕੀ ਹੈ ਜੀ ਕੁਐਸਚਨ ਤੋਂ ਪਹਿਲਾਂ ਆਪਣੇ ਕੋਲ ਕੀ ਹੈ ਜੀ ਸਰਵ ਫਿਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਮੇ ਅੱਜ ਕੀ ਹੈ ਜੀ ਅੱਜ ਹੈ 28 ਸਪਟੰਬਰ 28 ਸਪਟੰਬਰ ਨੂੰ ਕੀ ਹੁੰਦਾ ਜੀ ਪੰਜਾਬ ਦੇ ਦੇਸ਼ ਦੇ ਮਹਾਨ ਯੋਧਾ ਸਰਦਾਰ ਪਗਤ ਸਿੰਘ ਸ਼ਹੀਦ ਸਰਦਾਰ ਪਗਤ ਸਿੰਘ ਦਾ ਕੀ ਹੁੰਦਾ ਜਨਮ ਦਿਨ ਹੁੰਦਾ ਜੀ ਉਹਨਾਂ ਦੇ ਉਪਲਬਖਸ਼ ਦੇ ਵਿੱਚ ਆ ਤੁਹਾਡੇ ਸਾਹਮਣੇ ਪਹਿਲੀ ਅਜ ਤਸਵੀਰ ਰੱਖੀ ਗਈ ਹੈ ਸਰ ਫਿਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਇਹਨਾਂ ਵਾਸਤੇ ਦੋ ਲਾਈਨਾਂ ਮੈਂ ਹੋਰ ਕਹਿਣਾ ਚਾਹੁੰਦਾ ਜੀ ਸੂਰਜ ਜੈਸਾ ਬੰਨਣਾ ਹੈ ਤੋ ਸੂਰਜ ਜਿਤਨਾ ਜਲਨਾ ਹੋਗਾ ਸੂਰਜ ਜੈਸਾ ਬੰਨਣਾ ਹੈ ਤੋ ਸੂਰਜ ਜਿਤਨਾ ਚਲਨਾ ਹੋਗਾ ਨਦੀਆਂ ਸਾ ਆਦਰ ਪਾਣਾ ਹੈ ਤੋ ਪਰਵਤ ਛੋੜ ਨਿਕਲਣਾ ਹੋਗਾ हम उस माँ के बेटे हैं क्यों सोचे कि राह सरल होगी हर एक संकट का हल होगा आज नहीं तो कल होगा हर एक संकट का हल होगा आज नहीं तो कल होगा भगत सिंह होरों ने भी सोचा सी भी ये संकट बहुत व्डा बन पदों अपना देश गुलाम से सी, संकट बहुत व्डा बट उन्होंने सोचा कि हम उस माँ के बेटे हैं क्यों सोचे कि राह सरल होगी राह मुश्किल नहीं ਪਰ ਹਰੇਕ ਸੰਕਟ ਦਾ ਹੱਲ ਹੁੰਦਾ ਹੈ ਜੇਕਰ ਆਪਾਂ ਪੂਰੀ ਇੱਜ਼ਤ ਨਾਲ ਸੋਚ ਕੇ ਪੂਰੀ ਆਪਦੀ ਇਮਾਨਦਾਰੀ ਨਾਲ ਸੋਚ ਕੇ ਚੱਲ ਪੀਏ ਤਾਂ ਉਹ ਆਪਾਂ ਨੂੰ ਜਰੂਰ ਪ੍ਰਾਪਤ ਹੁੰਦਾ ਹੈ ਪਗਤ ਸਿੰਘ ਦਾ ਜਿਹੜਾ ਆਪਣੇ ਕੋਲ ਸਰਦਾਰ ਪਗਤ ਸਿੰਘ ਜੀ ਦਾ ਲਕਸ਼ਯ ਸਿੱਧਾ ਸੀ ਇਮਾਨਦਾਰੀ ਸੀ ਕਿ ਦੇਸ਼ ਨੂੰ ਆਜ਼ਾਦ ਕਰਾਉਣਾ ਹੈ ਆਜ਼ਾਦ ਕਰਾਉਣ ਵਿੱਚ ਸਫਲ ਹੋਏ ਚਾਹੇ ਉਹ ਆਪ ਉਸ ਦੇਸ਼ ਜਿਨ੍ਹਾਂ ਨੇ ਅਦਾ ਆਜ਼ਾਦ ਕਰਾਇਆ ਉਸ ਨੂੰ ਚਾਹੇ ਉਹ ਨਹੀਂ مان ਸਕਿਆ ਆਜ਼ਾਦੀ ਪਰ ਦੇਸ਼ ਸਾਨੂੰ ਆਜ਼ਾਦ ਕਰਾ ਕੇ ਦੇ ਕੇ ਤਾਂ ਸਲਾਮ ਹੈ ਸਮਾਹਣ ਜੋਦੀ ਨੂੰ ਸ਼ਹੀਦ ਸਰਦਾਰ ਪਗਤ ਸਿੰਘ ਜੀ ਨੂੰ ਠੀਕ ਹੈ ਜੀ ਇਹਨਾਂ ਬਾਰੇ ਗੱਲ ਜਿੰਨੀ ਕਰੀ ਉਨੀ ਛੋਟੀ ਹੈ ਜੀ ਪਰ ਇਹਨਾਂ ਬਾਰੇ ਆਪਾਂ ਕੀ ਡਿਸਕਸ ਕਰ ਸਕਦੇ ਹਾਂ ਜਨਮ ਕਦੋਂ ਹੋਇਆ ਸੀ ਤਾਂ 28 ਅਕਤੂਬਰ 28 ਸਤੰਬਰ 1907 ਵਿੱਚ ਜਨਮ ਹੁੰਦਾ ਜੀ ਠੀਕ ਹੈ ਜੀ ਇਸ ਵਾਰੀ 115ਵੀਂ ਜਿਹੜੀ ਬਰਥ ਐਨੀਵਰਸਰੀ ਇਹਨਾਂ ਦੀ ਮਨਾਈ ਜਾ ਰਹੀ ਹੈਗੀ ਹੈ ਜੀ 115ਵਾਂ ਨੰਬਰ ਦੀ ਬਰਥ ਅਨਿਵਰਸਰੀ ਠੀਕ ਹੈ ਜੀ ਜਨਮ ਕਿਹੜੇ ਪਿੰਡ ਦੇ ਵਿੱਚ ਹੁੰਦਾ ਤਾਂ ਬੰਗਾ ਪਿੰਡ ਦੇ ਵਿੱਚ ਹੁੰਦਾ ਜੀ ਬੰਗਾ ਜ਼ਿਲ੍ਹਾ ਲਾਇਲਪੁਰ ਠੀਕ ਹੈ ਜੀ ਬੰਗਾ ਜ਼ਿਲ੍ਹਾ ਲਾਇਲਪੁਰ ਦੇ ਵਿੱਚ ਕੀ ਹੁੰਦਾ ਬਰਥਡੇ ਇਹਨਾਂ ਦਾ ਜਨਮ ਹੁੰਦਾ ਠੀਕ ਹੈ ਜੀ ਮਾਰਚ 1926 ਦੇ ਵਿੱਚ ਕੀ ਹੈ ਜੀ ਮਾਰਚ 1926 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀ ਪੰਜਾਬ ਨੌਜਵਾਨ ਸਭਾ ਬਣਾਈ ਸੀਗੀ ਪੰਜਾਬ ਨੌਜਵਾਨ ਸਭਾ ਬਣਾਈ ਸੀਗੀ ਮਾਰਚ 1926 ਦੇ ਵਿੱਚ ਠੀਕ ਹੈ ਜੀ 8 April 1929 ਦੇ ਵਿੱਚ ਕੀ ਹੁੰਦਾ ਜੀ ਛੋਟੇ ਛੋਟੇ ਜੋ ਹਾਈਲਾਈਟਸ ਨੇ ਉਹ ਮੈਂ ਦੇ ਰਿਹਾ ਹੈਗਾ ਇਸ ਤੇ ਠੀਕ ਹੈ ਜੀ 8 April 1929 ਨੂੰ ਕੀ ਹੁੰਦਾ ਜੀ ਸੈਂਟਰਲ ਜੋ ਵਿਜੀਲੈਂਸ ਜੋ ਆਪਣੇ ਕੋਲ ਸੈਂਟਰਲ ਜੋ ਅਸੈਂਬਲੀ ਹੈਗੀ ਆ ਉਸ ਦੇ ਵਿੱਚ ਕਿੰਨੇ ਦੋ ਬੰਬ ਛੁੱਟੇ ਸਨ ਜੀ ਠੀਕ ਹੈ ਦੋ ਬੰਬ ਛੁੱਟੇ ਸਨ ਐਂਡ ਲਾਸਟ ਕੀ ਹੈ ਜੀ 23 March 1931 ਨੂੰ ਇਹਨਾਂ ਨੂੰ ਕੀ ਦਿੱਤੀ ਜਾਂਦੀ ਹੈ ਜੀ ਫਾਂਸੀ ਦੇ ਦਿੱਤੀ ਜਾਂਦੀ ਹੈ ਜੀ ਇਹ ਸ਼ਹੀਦ ਕਰ ਦਿੱਤਾ ਜਾਂਦਾ ਜੀ ਸਰਦਾਰ ਭਗਤ ਸਿੰਘ ਨੂੰ ਠੀਕ ਹੈ ਜੀ 115ਵੇਂ ਨੰਬਰ ਦੀ ਜਿਹੜੀ ਬਰਥ ਅਨਿਵਰਸਰੀ ਹੈਗੀ ਇਸ ਵਾਰ ਮਨਾ ਰਹੇਗੇ ਜਨਮ ਕਦੋਂ ਹੁੰਦਾ ਜੀ 28 ਸਤੰਬਰ 1907 ਨੂੰ ਇਹਨਾਂ ਜਨਮ ਹੁੰਦਾ ਬੰਗਾ ਜ਼ਿਲ੍ਹਾ ਲਾਇਲਪੁਰ ਦੇ ਵਿੱਚ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਤੁਸੀਂ ਪੱਗਗ ਸਿੰਘ ਜੀ ਬਾਰੇ ਯਾਦ ਰੱਖੋਗੇ ਹਾਲੀ ਵਿੱਚ ਚੰਡੀਗੜ੍ਹ 에ਅਰਪੋਰਟ ਚੰਡੀਗੜ੍ਹ 에ਅਰਪੋਰਟ ਦਾ ਨਾਮ ਬਦਲ ਕੇ ਕੀ ਰੱਖ ਦਿੱਤਾ ਗਿਆ ਤਾਂ ਸ਼ਹੀਦ ਪੱਗਗ ਸਿੰਘ ਸ਼ਹੀਦ ਪੱਗਗ ਸਿੰਘ 에ਅਰਪੋਰਟ ਜਿਹੜਾ ਹੈਗਾ ਚੰਡੀਗੜ੍ਹ 에ਅਰਪੋਰਟ ਦਾ ਨਾਮ ਬਦਲ ਕੇ ਰੱਖ ਦਿੱਤਾ ਗਿਆ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਚਲੋ ਨੈਕਸਟ ਗੱਲ ਕਰੀਏ ਜੀ ਯੈਸਟਰਡੇ ਕੁਐਸਚਨ ਕੱਲ ਦਾ ਕੁਐਸਚਨ ਸੀਗਾ ਜੀ ਕਮੈਂਟ ਬਾਕਸ ਵਾਸਤੇ ਹਾਂਜੀ ਦੋ ਤਿੰਨ ਬੱਚੇ ਜਿਹੜੇ ਰੈਗੂਲਰ ਜਿਹੜੇ ਹੈਗੇ ਨੇ ਮੈਂ ਜ਼ਿਆਦਾ ਨਹੀਂ ਕਹਾਂਗਾ ਇਮਾਨਦਾਰੀ ਹੈ ਜੀ ਦੋ ਤਿੰਨ ਬੱਚੇ ਹੈਗੇ ਨੇ ਜਿਹੜੇ ਰੈਗੂਲਰ ਜਿਹੜੇ ਹੈਗੇ ਨੇ ਉਹ ਆਨਸਰ ਦਿੰਦੇ ਨੇ ਇਸ ਦਾ ਤਾਂ ਬਹੁਤ ਖੁਸ਼ੀ ਹੈ ਇਸ ਗੱਲ ਦੀ ਵੀ ਦੋ ਤਿੰਨ ਬੱਚੇ ਤਾਂ ਦੇ ਰਹੇ ਨੇ ਕਮ ਸੇ ਕਮ ਤਾਂ ਉਹ ਡੇਲੀ ਦੇ ਰਹੇ ਨੇ ਤੇ ਉਹਨਾਂ ਦੀ ਨੌਲੇਜ ਬਹੁਤ ਇਨਹਾਂਸ ਹੋ ਰਹੀ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਤਾਂ ਮੁਗਲ ਸਮਰਾਜ ਦਾ ਅੰਤਿਮ ਰਾਜਾ ਕੌਣ ਸੀ ਇਹ ਕੁਐਸਚਨ ਪੁੱਛਿਆ ਗਿਆ ਸੀਗਾ ਤਾਂ ਇਸ ਦਾ ਸਹੀ ਉੱਤਰ ਹੋ ਜਾਊਗਾ ਜੀ ਬ ਅੰਤਿਮ ਰਾਜਾ ਸੀਗਾ ਠੀਕ ਹੈ ਜੀ ਕਾਰੈਕਾਲ ਦੀ ਗੱਲ ਕਰੀਏ ਤਾਂ ਕਾਰਜਕਾਲ ਕਦੋਂ ਸੀਗਾ ਇਹਨਾਂ ਦਾ 1837 ਤੋਂ ਲੈ ਕੇ 1857 ਤੱਕ ਦਾ ਕਾਰਜਕਾਲ ਹੈਗਾ 1857 ਤੱਕ ਇਹਨਾਂ ਦਾ ਕਾਰਜਕਾਲ ਖਤਮ ਹੋ ਜਾਂਦਾ ਕਿਉਂ ਹੋ ਜਾਂਦਾ ਕਿਉਂਕਿ 1857 ਦੇ ਵਿੱਚ ਕੀ ਹੁੰਦੀ ਹੈ ਜੀ ਕੀ ਹੁੰਦੀ ਹੈ ਕ੍ਰਾਂਤੀ ਹੁੰਦੀ ਹੈ ਜੀ ਠੀਕ ਹੈ ਜੀ 1857 ਦੀ ਕ੍ਰਾਂਤੀ ਹੁੰਦੀ ਹੈ ਉਸ ਵਿੱਚ ਕੀ ਆ ਆਪਦੇ ਆਪ ਨੂੰ ਝੋਕ ਲੈਂਦੇ ਨੇ ਸਮਾਪਤ ਹੋ ਜਾਂਦਾ ਮੁਗਲ ਸਾਮਰਾਜ ਠੀਕ ਹੈ ਜੀ 1857 ਤੋਂ ਬਾਅਦ ਨਾਲੇ ਕੀ ਆ ਜਾਂਦਾ ਹੈਗਾ ਭਾਰਤ ਦੇ ਵਿੱਚ ਵਾਈਸਰਾਏ ਸਿਸਟਮ ਆ ਜਾਂਦਾ ਜੀ ਕਿਹੜਾ ਸਿਸਟਮ ਆਇੰਦਾ ਵਾਇਸ ਰਾਏ ਸਿਸਟਮ ਜਿਹੜਾ ਕਿ ਮੁਗਲ ਸਮਰਾਜ ਨੂੰ ਜਮ੍ਹਾਂ ਹੀ ਖਤਮ ਕਰ ਦਿੰਦਾ ਹੈਗਾ ਤਾਂ ਅੰਤਿਮ ਰਾਜਾ ਕੌਣ ਬਣਿਆ ਜੀ ਅੰਤਿਮ ਰਾਜਾ ਸੀ ਬਹਾਦਰ ਸ਼ਾ ਸੈਕਨ ਠੀਕ ਹੈ ਜੀ ਔਰੰਗਜ਼ੇਬ ਦੀ ਗੱਲ ਕਰੀਏ ਔਰੰਗਜ਼ੇਬ ਦਾ ਕਾਰਜਕਾਲ ਕੰਨਾ ਜੀ ਔਰੰਗਜ਼ੇਬ ਦਾ ਹੈਗਾ 1658 ਤੋਂ ਲੈ ਕੇ ਠੀਕ ਹੈ ਜੀ 1658 ਤੋਂ ਲੈ ਕੇ 1707 ਈਸਵੀ ਤੱਕ ਇਹਨਾਂ ਦਾ ਕਾਰਜਕਾਲ ਹੈਗਾ ਠੀਕ ਹੈ ਜੀ ਕਿਹੜੇ ਟਾਈਟਲ ਜਿਹੜਾ ਇਹਨਾਂ ਨੇ ਐਕਸੈਪਟ ਕੀਤਾ ਸੀਗਾ ਬਹੁਤ ਵਾਰੀ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਤਾਂ ਆਲਮਗੀਰੀ ਦਾ ਠੀਕ ਹੈ ਜੀ ਆਲਮ ਠੀਕ ਹੈ ਜੀ ਆਲਮਗੀਰ ਦਾ ਜਿਹੜਾ ਟਾਈਟਲ ਹੈ ਇਹਨਾਂ ਨੇ ਐਕਸੈਪਟ ਕੀਤਾ ਸੀਗਾ ਇਹ ਇਕੱਲਾ ਮੁਗਲ ਇਹੋ ਜਿਹਾ ਰਾਜਾ ਹੈਗਾ ਠੀਕ ਹੈ ਜੀ ਇੱਕੋ ਇੱਕ ਰਾਜਾ ਹੈਗਾ ਜਿਸ ਨੇ ਦੋ ਵਾਰ ਕੀ ਕਰਵਾਇਆ ਰਾਜ ਅਭਿਸ਼ੇਕ ਕਰਾਇਆ ਹੈਗਾ ਰਾਜ ਅਭਿਸ਼ੇਕ ਠੀਕ ਹੈ ਜੀ ਬਹੁਤ ਵਾਰੀ ਪੇਪਰ ਚ ਪੁੱਛਿਆ ਗਿਆ ਰਾਜ ਅਭਿਸ਼ੇਕ ਕਰਾਉਣ ਵਾਲਾ ਦੋ ਵਾਰੀ ਕਰਵਾਉਣ ਵਾਲਾ ਇੱਕੋ ਇੱਕ ਰਾਜਾ ਮੁਗਲ ਕਿਹੜਾ ਹੈਗਾ ਔਰੰਗਜ਼ੇਬ ਹੈਗਾ ਜੀ ਠੀਕ ਹੈ ਜੀ ਆਲਮ ਸ਼ਾ 2 ਦੀ ਗੱਲ ਕਰੀ ਤਾਂ ਇਹ ਕਾਰਜਕਾਲ ਹੋ ਜੂਗਾ ਜੀ 1806 ਤੋਂ ਲੈ ਕੇ 1837 ਤੱਕ ਠੀਕ ਹੈ ਜੀ ਬਾਕੀ ਤੁਹਾਡੇ ਸਾਹਮਣੇ ਬਾਬਰ ਦਾ ਹਮਾਇਉ ਅਕਬਰ ਜਹਾਂਗੀਰ ਸ਼ਾਹਜਾਹ ਔਰੰਗਜ਼ੇਬ ਇਹਨਾਂ ਦੇ ਕਾਰਜਕਾਰ ਲਿਖੇ ਹੋਏ ਨੇ ਠੀਕ ਹੈ ਜੀ ਇਹ ਤੁਸੀਂ ਪੀਡੀਐਫ ਤੇ ਜਿਹੜੀ ਹੈਗੀ ਹੈ ਜਾ ਕੇ ਚੈੱਕ ਕਰ ਸਕਦੇ ਹੋ ਟੈਲੀਗ੍ਰam ਤੇ ਜਿਹੜੀ ਪੀਡੀਐਫ ਆ ਤੁਹਾਨੂੰ ਉਪਲਬਧ ਹੋ ਜੂਗੀ ਠੀਕ ਹੈ ਜੀ ਅੱਜ ਦਾ ਪਹਿਲਾ ਕੁਐਸਚਨ ਕੀ ਬਣਿਆ ਜੀ ਜੌਰਜੀਆ ਮੈਲੋਨਾ ਮੈਲੋਨੀ ਹੈਜ਼ ਬਿਕਮ ਦਾ ਫਰਸਟ ਊਮਨ ਪੀਐਮ ਆਫ ਵਿਚ ਕੰਟਰੀ ਠੀਕ ਹੈ ਜੀ ਕੀ ਕੁਐਸਚਨ ਬਣਿਆ ਹੈ ਜੋਰਜੀਆ ਮੈਲੋਨੀ ਜਿਹੜੀ ਹੈਗੇ ਨੇ ਕਿਸ ਦੇਸ਼ ਦੀ ਪਹਿਲੀ ਪ੍ਰਧਾਨ ਮੰਤਰੀ ਬਣ ਚੁੱਕੀ ਹੈ ਤੇ ਇਹ ਤੁਹਾਡੇ ਆਪਸ਼ਨ ਨੇ ਇਟਲੀ ਇਜ਼ਰਾਈਲ ਫਰਾਂਸ ਤੇ ਜਾਪਾਨ ਤਾਂ ਸਹੀ ਉੱਤਰ ਹੋ ਜੁਗਾ ਜੀ ਇਸ ਦਾ ਫਰਸਟ ਇਟਲੀ ਠੀਕ ਹੈ ਜੀ ਇਟਲੀ ਦੀ ਹਾਲ ਵਿੱਚ ਜੋਰਜੀਆ ਮੈਲੋਨੀ ਜਿਹੜੀ ਹੈਗੀ ਪਹਿਲੀ ਊਮਨ ਫਰਸਟ ਊਮਨ ਪੀਐਮ ਪ੍ਰਾਈਮ ਮਿਨਿਸਟਰ ਬਣ ਚੁੱਕੀ ਹੈਗੀ ਹੈ ਜੀ ਠੀਕ ਹੈ ਜੀ ਨਾਮ ਕੀ ਹੈਗਾ ਜੋਰਜੀ ਮੈਲੋਨੀ ਠੀਕ ਹੈ ਜੀ ਜੋਰਜੀਆ ਮੈਲੋਨੀ ਇਜ਼ਰਾਈਲ ਦੀ ਗੱਲ ਕਰੀਏ ਤਾਂ ਇਥੋਂ ਦੇ ਪੀਐਮ ਕੌਣ ਨੇ ਇਹ ਹੈਗੇ ਨੇ ਜੀ ਯਾਰ ਲੈਪਿਡ ਕੌਣ ਹੈਗੇ ਨੇ ਜੀ ਯਾਇਰ ਲੈਪਿਡ ਠੀਕ ਹੈ ਜੀ ਫਰਾਂਸ ਦੀ ਗੱਲ ਕਰੀਏ ਤਾਂ ਪੀਐਮ ਕੌਣ ਹੈਗੇ ਨੇ ਇਹ ਹੈਗੇ ਨੇ ਜੀ ਅਲੀਜ਼ਾਬੈਥ ਅਲੀਜ਼ਾਬੈਥ ਬੋਰਨ ਅਲੀਜ਼ਾਬੈਥ ਬੋਰਨ ਹੈਗੇ ਨੇ ਇਥੋਂ ਦੇ ਪੀਐਮ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਫਰਾਂਸ ਦੇ ਤਾਂ ਉਹ ਕੌਣ ਹੈਗੇ ਨੇ ਜੀ ਅਮੋਇਲ ਮੈਕਰੋਨ ਐਮਿਉਲ ਐਮਿਉਲ ਮੈਕਰੋਨ ਠੀਕ ਹੈ ਜੀ ਜਾਪਾਨ ਦੇ ਪੀਐਮ ਦੀ ਗੱਲ ਕਰੀਏ ਤਾਂ ਇਹ ਹੈਗੇ ਨੇ ਜੀ ਫੋਮਿਓ ਕਸ਼ੀਦਾ ਫੋਮਿਓ ਕਸ਼ੀਦਾ ਠੀਕ ਹੈ ਜੀ ਇਜ਼ਰਾਈਲ ਦੇ ਯਰ ਲੈਪਿਡ ਫਰਾਂਸ ਦੇ ਜਿਹੜੇ ਹੈਗੇ ਨੇ ਪੀਐਮ ਨੇ ਐਲਿਜ਼ਾਬੈਥ ਬੋਰਨ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਅਮੈਲਯੂ ਅਮਾਇਲ ਮੈਕਰੋਨ ਹੈਗੇ ਨੇ ਠੀਕ ਹੈ ਜੀ ਜਾਪਾਨ ਦੇ ਪੀਐਮ ਦੀ ਗੱਲ ਕਰੀਏ ਤਾਂ ਫੋਮਿਓ ਕਸ਼ੀਦਾ ਹੈਗੇ ਨੇ ਜਾਪਾਨ ਦੇ ਠੀਕ ਹੈ ਜੀ ਹਾਲੀ ਦੇ ਵਿੱਚ ਇਟਲੀ ਦੇ ਪਹਿਲੀ ਊਮਨ ਕੌਨ ਬਣੀ ਨੇ ਉਹ ਬਣੀ ਨੇ ਜੋਰਜੀਆ ਮੈਲੋਨੀ ਇਸ ਚੀਜ਼ ਨੂੰ ਤੁਸੀਂ ਧਿਆਨ ਰੱਖਣਾ ਹੈਗਾ ਠੀਕ ਹੈ ਜੀ ਹਾਲੀ ਵਿੱਚ ਕਿਹੜੇ ਕਿਹੜੇ ਦੇਸ਼ਾਂ ਵਿੱਚ ਪੀਐਮ ਜਾਂ ਪ੍ਰੈਜ਼ੀਡੈਂਟ ਚੁਣੇ ਗਏ ਨੇ ਤਾਂ ਪੀਐਮ ਆਫ ਸਰਬੀਆ ਸਰਬੀਆ ਦੇ ਪੀਐਮ ਕੌਣ ਚੁਣੇ ਗਏ ਨੇ ਤਾਂ ਇਹ ਤੁਸੀਂ ਨਾਮ ਨੋਟ ਕਰ ਲਓ ਜੀ ਅਨਾ ਬਰਨਾਬਿਕ ਠੀਕ ਹੈ ਜੀ ਅਨਾ ਬਰਨਾਬਿਕ ਨਾਮ ਥੋੜੇ ਡਿਫਿਕਲਟ ਹੁੰਦੇ ਨੇ ਅਨਾ ਬਰਨਾਬਿਕ ਜਿਹੜੇ ਪੀਐਮ ਚੁਣੇ ਗਏ ਨੇ ਸਰਬੀਆ ਦੇ ਠੀਕ ਹੈ ਜੀ ਪ੍ਰੈਜ਼ੀਡੈਂਟ ਆਫ ਕੀਨੀਆ ਹਾਲੀ ਵਿੱਚ ਚੁਣੇ ਗਏ ਨੇ ਇਹਨਾਂ ਦਾ ਨਾਮ ਕੀ ਹੈਗਾ ਜੀ ਵਿਲੀਅਮ ਰੂਟੋ ਕੀ ਨਾਮ ਹੈਗਾ ਜੀ ਵਿਲੀਅਮ ਰੂਟੋ ਹੈਗਾ ਇਹਨਾਂ ਦਾ ਨਾਮ ਠੀਕ ਹੈ ਜੀ ਪੀਐਮ ਆਫ ਸੋਮਾਲੀਆ ਸੋਮਾਲੀਆ ਦੇ ਚੁਣੇ ਗਏ ਨੇ ਇਹਨਾਂ ਦਾ ਨਾਮ ਕੀ ਹੈ हमजा ਕੀ ਨਾਮ ਹੈਗਾ ਜੀ ਹਮਜਾ ਅਬਦੀ ਹਮਜਾ ਅਬਦੀ ਇਹਨਾਂ ਦਾ ਨਾਮ ਹੈਗਾ ਜੀ ਪੀਐਮ ਆਫ ਸਮਾਲੀਆ ਚੁਣੇ ਗਏ ਨੇ ਠੀਕ ਹੈ ਜੀ ਹਾਂਜੀ ਗੱਲ ਆਉਂਦੀ ਇਟਲੀ ਦੀ ਇਟਲੀ ਦੀ ਕੈਪੀਟਲ ਕਿਹੜੀ ਹੋ ਜੂਗੀ ਰੋਮ ਕੈਪੀਟਲ ਕੀ ਹੈਗੀ ਹੈ ਜੀ ਰੋਮ ਹੈਗੀ ਕੈਪੀਟਲ ਰੋਮ ਦੇ ਵਿੱਚ ਕਿਹਦਾ ਮੁਖਿਆਲਿਆ ਹੈਗਾ ਤਾਂ ਐਫ ਏਓ ਦਾ ਮੁਖਿਆਲਿਆ ਹੈਗਾ ਐਫਓ ਕੀ ਹੈਗਾ ਜੀ ਫੂਡ ਫੂਡ ਐਂਡ ਐਗਰੀਕਲਚਰ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਠੀਕ ਹੈ ਜੀ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦਾ ਮੁਖਿਆਲਾ ਕਿੱਥੇ ਹੈਗਾ ਰੋਮ ਦੇ ਵਿੱਚ ਹੈਗਾ ਐਫਏਓ ਦੀ ਸਥਾਪਨਾ ਕਦੋਂ ਹੁੰਦੀ ਹੈ ਤਾਂ 1945 ਵਿੱਚ ਇਸ ਦੀ ਸਥਾਪਨਾ ਹੁੰਦੀ ਹੈ ਠੀਕ ਹੈ ਜੀ ਇਟਲੀ ਦੀ ਗੱਲ ਕਰੀਏ ਤਾਂ ਕਿਹੜੀ ਰਿਵਰ ਇੱਥੇ ਹੈਗੀ ਹੈ ਜੀ ਪੋ ਰਿਵਰ ਕਿਹੜੀ ਰਿਵਰ ਹੈਗੀ ਹੈ ਜੀ ਪੋ ਰਿਵਰ ਜਿਸ ਨੂੰ ਕੀ ਕਹਿੰਦੇ ਨੇ ਇਟਲੀ ਦੀ ਗੰਗਾ ਵੀ ਕਿਹਾ ਜਾਂਦਾ ਹੈਗਾ ਇਟਲੀ ਦੀ ਗੰਗਾ ਕਿਸ ਰਿਵਰ ਨੂੰ ਕਿਹਾ ਜਾਂਦਾ ਤਾਂ ਉਹ ਪੋ ਰਿਵਰ ਨੂੰ ਕਿਹਾ ਜਾਂਦਾ ਜੀ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈਗੀ ਆ ਇਟਲੀ ਕਿਹੜੇ ਮਹਾਦੀਪ ਦੇ ਵਿੱਚ ਆਉਂਦਾ ਤਾਂ ਇਹ ਯੂਰਪ ਮਹਾਦੀਪ ਦੇ ਵਿੱਚ ਆਉਂਦਾ ਜੀ ਠੀਕ ਹੈ ਜੀ ਯੂਰਪ ਕਿਹੜੀ ਲੇਕ ਜਿਹੜੀ ਹੈਗੀ ਹਾਲ ਹੀ ਦੇ ਵਿੱਚ ਚਰਚਾ ਵਿੱਚ ਰਹੀ ਸੀ ਤਾਂ ਉਹ ਲੇਕ ਰਹੀ ਸੀ ਜੀ ਗਰਦ ਦਾ ਲੇਕ ਠੀਕ ਹੈ ਜੀ ਗਰਦ ਦਾ ਲੇਕ ਜਿਹੜੀ ਹੈਗੀ ਉਸ ਦੇ ਵਿੱਚ ਪਾਣੀ ਸੁੱਕ ਗਿਆ ਸੀਗਾ ਹਾਲ ਹੀ ਵਿੱਚ ਕਰੰਟ ਵਿੱਚ ਕੁਐਸਚਨ ਬਣਿਆ ਸੀ ਤੇ ਚਰਚਾ ਵਿੱਚ ਰਹੀ ਸੀ ਕੀ ਨਾਮ ਹੈਗਾ ਜੀ ਗਰਦ ਦਾ ਲੇਕ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਪੇਪਰ ਦੇ ਵਿੱਚ ਇਹਨਾਂ ਚੋਂ ਕੁਐਸਚਨ ਬਣ ਸਕਦਾ ਹੈਗਾ ਠੀਕ ਹੈ ਜੀ ਨੈਕਸਟ ਕੁਐਸਚਨ ਕੀ ਬਣਿਆ ਜੀ ਆਪਣੇ ਕੋਲੇ ਜੀਓਆਈ ਗਵਰਨਮੈਂਟ ਆਫ ਇੰਡੀਆ ਹੈਜ਼ ਲਾਂਚਡ ਸਵਚ ਬਾਇਓ ਸਰਵੇਕਸ਼ਨ ਪ੍ਰੋਗਰਾਮ ਇਨ ਹਾਊ ਮੈਨੀ ਸਿਟੀਜ਼ ਕਿੰਨੇ ਸ਼ਹਿਰਾਂ ਵਿੱਚ ਸਵਚ ਬਾਇਓ ਸਰਵੇਕਸ਼ਨ ਪ੍ਰੋਗਰਾਮ ਲਾਂਚ ਕੀਤਾ ਤੁਹਾਡੇ অপਸ਼ਨ ਨੇ 100 200 157 ਜਾਂ 131 ਤਾਂ 131 ਸਿਟੀ ਦੇ ਵਿੱਚ 131 ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ জিਓਆਈ ਨੇ ਗਵਰਨਮੈਂਟ ਆਫ ਇੰਡੀਆ ਨੇ ਸਵੱਛ ਵਾਯੂ ਸਰਵੇਖਣ ਪ੍ਰੋਗਰਾਮ ਲਾਂਚ ਕੀਤਾ ਗਿਆ ਜੀ ਠੀਕ ਹੈ ਜੀ ਸਵੱਛ ਵਾਯੂ ਸਰਵੇਖਣ ਪ੍ਰੋਗਰਾਮ ਕਿੰਨੇ ਦੁਆਰਾ ਲਾਂਚ ਕੀਤਾ ਗਿਆ ਇਹ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਠੀਕ ਹੈ ਜੀ ਮਿਨਿਸਟਰੀ ਆਫ এনवायरमेंट ਠੀਕ ਹੈ ਜੀ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਠੀਕ ਹੈ ਜੀ ਕਲਾਈਮੇਟ ਚੇਂਜ ਇਸ ਮਿਨਿਸਟਰੀ ਵੱਲੋਂ ਲਾਂਚ ਕੀਤਾ ਗਿਆ ਤੇ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਇਸ ਦੇ ਮਿਨਿਸਟਰ ਕੌਣ ਨੇ ਤਾਂ ਇਹ ਹੈਗੇ ਨੇ ਜੀ ਭੁਪਿੰਦਰ ਸਿੰਘ ਯਾਦ ਯਾਦਵ ਭੁਪਿੰਦਰ ਯਾਦਵ ਹੈਗੇ ਨੇ ਜੀ ਭੁਪਿੰਦਰ ਯਾਦਵ ਠੀਕ ਹੈ ਜੀ ਭੁਪਿੰਦਰ ਯਾਦਵ ਹੈਗੇ ਨੇ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਦੇ ਹਾਲੀ ਵਿੱਚ ਮਿਨਿਸਟਰ ਨੇ ਠੀਕ ਹੈ ਜੀ ਇਹ ਜਿਹੜਾ ਸਰਵੇਖਣ ਜਿਹੜਾ ਚਲਾਇਆ ਗਿਆ ਹੈਗਾ ਇਹ ਕਿਸ ਪ੍ਰੋਗਰਾਮ ਦੇ ਅਧੀਨ ਚਲਾਇਆ ਗਿਆ ਇਨੈਸ਼ਨਲ ਠੀਕ ਹੈ ਜੀ ਨੈਸ਼ਨਲ ਕਲੀਨ 에ਅਰ ਨੇਸ਼ਨ ਜਿਹੜਾ ਹੈਗਾ ਕਲੀਨ 에ਅਰ ਪ੍ਰੋਗਰਾਮ ਹੈਗਾ ਕਦੋਂ ਲਾਂਚ ਹੋਇਆ ਸੀਗਾ ਇਹ 2019 ਦੇ ਵਿੱਚ ਲਾਂਚ ਹੋਇਆ ਸੀ ਉਸ ਦੇ ਅਧੀਨ ਹੀ ਸਵੱਛ ਵਾਯੂ ਸਰਵੇਖਣ 131 ਸ਼ਹਿਰਾਂ ਦੇ ਵਿੱਚ ਲਾਂਚ ਕੀਤਾ ਗਿਆ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਵੱਲੋਂ ਲਾਂਚ ਕੀਤਾ ਗਿਆ ਮਿਨਿਸਟਰ ਕੌਣ ਹੈਗੇ ਨੇ ਬੁਪਿੰਦਰ ਯਾਦਵ ਇਸ ਦੇ ਮਿਨਿਸਟਰ ਨੇ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਹੈਗਾ ਠੀਕ ਹੈ ਜੀ ਸੀਪੀਸੀਬੀ ਦੀ ਗੱਲ ਕਰੀਏ ਸੀਪੀਸੀਬੀ ਕੀ ਹੈਗਾ ਜੀ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਠੀਕ ਹੈ ਜੀ ਇਸ ਦੀ ਫੁੱਲ ਫਾਰਮ ਹੈ ਜੀ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਸਥਾਪਨਾ ਕਦੋਂ ਹੁੰਦੀ ਹੈ ਜੀ 1974 ਦੇ ਵਿੱਚ ਇਹਦੀ ਸਥਾਪਨਾ ਹੁੰਦੀ ਹੈ ਜੀ ਇਸ ਸਮੇਂ ਹੈੱਡ ਕੌਨ ਹੈਗੇ ਨੇ ਇਹ ਹੈਗੇ ਨੇ ਜੀ ਸ਼ਿਵਦਾਸ ਠੀਕ ਹੈ ਜੀ ਸ਼ਿਵਦਾਸ ਇਸ ਦੇ ਕੌਣ ਹੈਗੇ ਨੇ ਚੇਅਰਮੈਨ ਹੈਗੇ ਨੇ ਸ਼ਿਵਦਾਸ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਹੈ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਠੀਕ ਹੈ ਜੀ IQ 에ਅਰ ਕੁਆਲਿਟੀ ਇੰਡੈਕਸ ਤਾਂ ਇਸ ਦੇ ਵਿੱਚ ਪਹਿਲੇ ਸਥਾਨ ਤੇ ਕੌਣ ਆਇਆ ਸੀਗਾ ਦਿੱਲੀ ਨੇ ਸਥਾਨ ਹਾਸਲ ਕੀਤਾ ਸੀ ਜੀ ਪਹਿਲੇ ਸਥਾਨ ਤੇ ਆਉਂਦਾ ਮਤਲਬ ਕੀ ਹੈਗਾ ਵਰਲਡ ਦੇ ਵਿੱਚ ਸਭ ਤੋਂ ਪੋਲਿਊਟਡ ਸਿਟੀ ਦੀ ਗੱਲ ਕਰੀਏ ਸਭ ਤੋਂ ਪੋਲਿਊਟਡ ਸਿਟੀ ਦੀ ਗੱਲ ਕਰੀਏ ਤਾਂ ਨੰਬਰ 1 ਸੰਸਾਰ ਦੇ ਵਿੱਚ ਕਿਹੜੀ ਨਾਮ ਹੁੰਦਾ ਹੈ ਦਿੱਲੀ ਦਾ ਨਾਮ ਹੁੰਦਾ ਜੀ ਪਹਿਲੇ ਨੰਬਰ ਤੇ ਦੂਸਰੇ ਦਾ ਕਿਹਦਾ ਨਾਮ ਹੁੰਦਾ ਕੋਲਕੱਤਾ ਦਾ ਉਹ ਵੀ ਆਪਣੇ ਇੰਡੀਆ ਦਾ ਹੀ ਆਉਂਦੀ ਹੈ ਜੀ ਕੋਲਕੱਤਾ ਠੀਕ ਹੈ ਜੀ ਵਰਲਡ 에ਅਰ ਕੁਆਲਿਟੀ 2021 ਦੀ ਗੱਲ ਕਰੀਏ ਤਾਂ ਇੱਕ ਕੰਟਰੀਜ਼ ਲਿਸਟ ਲਾਂਚ ਹੋਈ ਸੀ ਜਿਸ ਦੇ ਵਿੱਚ ਕੀ ਹੈ ਕੰਟਰੀਜ਼ ਲਿਸਟ ਲਾਂਚ ਹੋਈ ਸੀ ਵੀ ਕਿਹੜੀ ਸਭ ਤੋਂ ਵੱਧ ਪ੍ਰਦੂਸ਼ਿਤ ਹੈਗੀ ਹੈ ਤਾਂ ਸਭ ਤੋਂ ਵੱਧ ਪ੍ਰਦੂਸ਼ਿਤ ਕੰਟਰੀਜ਼ ਦੇ ਵਿੱਚ 5ਵਾਂ ਨੰਬਰ ਤੇ ਇੰਡੀਆ ਦਾ ਰੈਂਕ ਆਉਂਦਾ ਜੀ ਜੋ ਕਿ ਬਹੁਤ ਮਾੜੀ ਗੱਲ ਹੈਗੀ ਹੈ ਜੀ 5ਵਾਂ ਨੰਬਰ ਤੇ ਕਿਹਦਾ ਰੈਂਕ ਆਉਂਦਾ ਇੰਡੀਆ ਦਾ ਕਿੰਨੇ ਕੰਟਰੀਜ਼ ਦੇ ਵਿੱਚੋਂ 117 ਕੰਟਰੀਜ਼ ਦੇ ਵਿੱਚੋਂ ਪੰਜਵੇਂ ਨੰਬਰ ਦੀ ਪ੍ਰਦੂਸ਼ਿਤ ਕੰਟਰੀ ਹੈਗੀ ਹੈ ਇੰਡੀਆ ਕਾਦੇ ਵਿੱਚ ਵਰਲਡ 에ਅਰ ਕੁਆਲਿਟੀ 2021 ਦੇ ਵਿੱਚ ਇਹ ਲਾਂਚ ਹੋਈ ਸੀ ਰੈਂਕਿੰਗ ਠੀਕ ਹੈ ਜੀ ਨੈਕਸਟ ਕੁਐਸਚਨ ਕੀ ਬੜਿਆ ਜੀ ਬੰਡਾਰੂ ਵਿਲਸਨ ਬਾਬੂ ਨੂੰ ਕਿਸ ਦੇਸ਼ ਵਿੱਚ ਭਾਰਤੀ ਰਾਜਦੂਤ ਨਿਯੁਕਤ ਕੀਤਾ ਗਿਆ ਹੈ ਠੀਕ ਹੈ ਜੀ ਹਾਲ ਹੀ ਵਿੱਚ ਬੰਡਾਰੂ ਵਿਲਸਨ ਬਾਬੂ ਨੂੰ ਕਿਸ ਰਾਜ ਵਿੱਚ ਜਿਹੜਾ ਹੈਗਾ ਭਾਰਤੀ ਰਾਜਦੂਤ ਨਿਯੁਕਤ ਕੀਤਾ ਗਿਆ ਠੀਕ ਹੈ ਜੀ ਤਾਂ ਇਹ ਨਿਯੁਕਤ ਕੀਤਾ ਗਿਆ ਜੀ ਮੈਡਾਗਾਸਕਰ ਦੇ ਵਿੱਚ ਠੀਕ ਹੈ ਜੀ ਕਿੱਥੇ ਮੈਡਾਗਾਸਕਰ ਦੇ ਹਾਲ ਹੀ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਤੁਹਾਡੇ ਸਾਹਮਣੇ ਪਿਕਚਰ ਹੈਗੀ ਹੈ ਜੀ ਬੰਡਾਰੂ ਵਿਲਸਨ ਬਾਬੂ ਜੀ ਦੀ ਠੀਕ ਹੈ ਜੀ ਹਾਲੀ ਵਿੱਚ ਕਿੱਥੇ ਕਿੱਥੇ ਜਿਹੜੇ ਬ੍ਰਾਂਡ ਅੰਬਾਸਟਰ ਨੇ ਰਾਜਦੂਤ ਨੇ ਉਹ ਜਿਹੜੇ ਹੈਗੇ ਨੇ ਕੰਡਕਟ ਕੀਤੇ ਗਏ ਨੇ ਠੀਕ ਹੈ ਜੀ ਸਥਾਪਿਤ ਕੀਤੇ ਗਏ ਨੇ ਇਰੀਟਰੀਆ ਦੀ ਗੱਲ ਕਰੀਏ ਤਾਂ ਇੱਥੇ ਕੌਣ ਕੀਤਾ ਗਿਆ ਜੀ ਸ਼੍ਰੀ ਪ੍ਰਕਾਸ਼ ਚੰਦ ਠੀਕ ਹੈ ਜੀ ਕਿੰਨਾਂ ਨੂੰ ਕੀਤਾ ਗਿਆ ਸ਼੍ਰੀ ਪ੍ਰਕਾਸ਼ ਚੰਦ ਸ਼੍ਰੀ ਪ੍ਰਕਾਸ਼ ਚੰਦ ਨੂੰ ਜਿਹੜਾ ਹੈਗਾ ਰਾਜਦੂਤ ਨਿਯੁਕਤ ਕੀਤਾ ਗਿਆ ਇਰੀਟਰੀਆ ਵਿੱਚ థਾਈਲੈਂਡ ਵਿੱਚ ਕਿੰਨਾਂ ਨੂੰ ਕੀਤਾ ਗਿਆ ਸ਼੍ਰੀ ਨਗੇਸ਼ ਸਿੰਘ ਨੂੰ ਠੀਕ ਹੈ ਜੀ ਸ਼੍ਰੀ ਨਗੇਸ਼ ਨੂੰ ਜਿਹੜਾ ਹੈਗਾ ਲਾਂਚ ਜਿਹੜਾ ਹੈਗਾ ਸਥਾਪਿਤ ਕੀਤਾ ਗਿਆ THAILAND ਦੇ ਵਿੱਚ UK ਦੀ ਗੱਲ ਕਰੀਏ UK ਦੇ ਐਮੈਸਟਰ ਕੌਣ ਹੈਗੇ ਨੇ ਤਾਂ ਇਹ ਹੈਗੇ ਨੇ ਜੀ ਵਿਕਰਮ ਦੋਰਾਈ ਸੁਆਮੀ ਵਿਕਰਮ ਦੋਰਾਈ ਸੁਆਮੀ ਠੀਕ ਹੈ ਜੀ UK ਦੇ ਵਿੱਚ ਭਾਰਤ ਵੱਲੋਂ ਕਿਹੜੇ ਰਾਜਦੂਤ ਹੈਗੇ ਨੇ ਵਿਕਰਮ ਦੋਰਾਈ ਸੁਆਮੀ THAILAND ਵਿੱਚ ਕੌਣ ਨੇ ਸ਼੍ਰੀ ਨਗੇਸ਼ ERITREA ਵਿੱਚ ਕੌਣ ਬਣਨੇ ਨੇ ਸ਼੍ਰੀ ਪ੍ਰਕਾਸ਼ ਚੰਦ ਤੇ ਹਾਲੀ ਵਿੱਚ ਇਹ ਨਿਯੁਕਤ ਕੀਤੇ ਗਏ ਨੇ ਕਰੰਟ ਅਫੇਅਰ ਦਾ ਕੁਐਸਚਨ ਇਹਨਾਂ ਵਿੱਚੋਂ ਵੀ ਬਣ ਸਕਦਾ ਹੈਗਾ ਠੀਕ ਹੈ ਜੀ ਨੈਕਸਟ ਗੱਲ ਕਰੀਏ ਮੈਡਾਗਾਸਕਰ ਜਿਹੜਾ ਮੈਡਾਗਾਸਕਰ ਹੈਗਾ ਇਹ ਕਿਹੜੇ ਜਿਹੜੇ ਹੈਗੇ ਆ ਮਹਾਦੀਪ ਦੇ ਵਿੱਚ ਦੇਸ਼ ਪਾਇਆ ਜਾਂਦਾ ਤਾਂ ਇਹ ਜਿਹੜਾ ਹੈਗਾ ਅਫਰੀਕਾ ਮਹਾਦੀਪ ਦੇ ਵਿੱਚ ਅਫਰੀਕਾ ਮਹਾਦੀਪ ਦੇ ਵਿੱਚ ਪਾਇਆ ਜਾਂਦਾ ਇਹ ਤੁਹਾਡੇ ਸਾਹਮਣੇ ਹੈਗਾ ਇੱਕ ਆਈਲੈਂਡ ਕੰਟਰੀ ਹੈ ਜੀ ਮੈਡਾਗਾਸਕਰ ਕੀ ਹੈ ਇੱਕ ਆਈਲੈਂਡ ਕੰਟਰੀ ਹੈਗੇ ਜੀ ਠੀਕ ਹੈ ਜੀ ਲਾਰਜੈਸਟ ਸਭ ਤੋਂ ਵੱਡੇ ਸੰਸਾਰ ਦੇ ਵਿੱਚ ਸਭ ਤੋਂ ਵੱਡੇ ਆਈਲੈਂਡ ਦੀ ਗੱਲ ਕਰੀਏ ਤਾਂ ਪਹਿਲੇ ਨਾਮ ਤੇ ਕੀ ਆਉਂਦਾ ਜੀ ਗ੍ਰੀਨ ਆਈਲੈਂਡ ਠੀਕ ਹੈ ਜੀ ਗ੍ਰੀਨ ਜਿਹੜਾ ਗ੍ਰੀਨਲੈਂਡ ਹੈਗਾ ਉਹ ਪਹਿਲੇ ਨੰਬਰ ਤੇ ਦੀਪ ਹੁੰਦਾ ਸਭ ਤੋਂ ਵੱਡਾ ਆਈਲੈਂਡ ਗ੍ਰੀਨਲੈਂਡ ਆਈਲੈਂਡ ਹੈਗਾ ਦੂਸਰੇ ਨੰਬਰ ਤੇ ਕੌਣ ਆਉਂਦਾ ਜੀ ਦੂਸਰੇ ਨੰਬਰ ਤੇ ਰੈਂਕ ਆਉਂਦਾ ਜੀ ਨਿਊ ਗਿਨੀਆ ਦਾ ਠੀਕ ਹੈ ਜੀ ਨਿਊ ਗਿਨੀਆ ਸੈਕਿੰਡ ਨੰਬਰ ਤੇ ਆਉਂਦਾ ਥਰਡ ਨੰਬਰ ਤੇ ਕੌਣ ਆਉਂਦਾ ਜੀ ਜਿਹੜਾ ਹੈਗਾ ਬੋਰਨੀਓ ਥਰਡ ਨੰਬਰ ਤੇ ਕੌਣ ਹੈ ਜੀ ਬੋਰਨੀਓ ਫੋਰਥ ਨੰਬਰ ਤੇ ਕੌਣ ਹੈ ਜੀ ਫੋਰਥ ਨੰਬਰ ਤੇ ਆਉਂਦਾ ਆਪਣਾ ਮੈਡਾਗਾਸਕਰ ਜਿਹੜਾ ਆਪਾਂ ਹੁਣੇ ਪੜ ਰਹੇ ਹੈਗੇ ਆ ਤੇ ਇਹ ਕਿਉਂ ਦੱਸੀ ਗਈ ਰੈਂਕਿੰਗ ਪਹਿਲੇ ਨੰਬਰ ਤੇ ਗ੍ਰੀਨਲੈਂਡ ਦੂਸਰੇ ਨੰਬਰ ਤੇ ਨਿਊ ਗਿਨੀਆ ਤੀਸਰੇ ਨੰਬਰ ਤੇ ਬੋਰਨੀਓ ਜੋ ਕਿ ਇੰਡੋਨੇਸ਼ੀਆ ਦਾ ਜਿਹੜਾ ਆਪਣੇ ਆਈਲੈਂਡ ਹੈਗਾ ਚੌਥੇ ਸਥਾਨ ਤੇ ਆਉਣ ਦਾ ਮੈਡਾਗਾਸਕਰ ਇਹ ਮੈਂ ਸਿੱਧੀ ਲਾਈਨ ਵੀ ਬੋਲ ਸਕਦਾ ਸੀ ਬਟ ਮੈਂ ਡਿਟੇਲ ਵਿੱਚ ਦੱਸਿਆ ਸੀ ਨੂੰ ਵੀ ਮੈਡਾਗਾਸਕਰ ਹੈਗਾ ਉਸ ਸੰਸਾਰ ਦੇ ਵਿੱਚ ਚੌਥਾ ਸਭ ਤੋਂ ਵੱਡਾ ਆਈਲੈਂਡ ਹੈਗਾ ਕਿਹੜਾ ਮੈਡਾਗਾਸਕਰ ਕਿਹੜੇ ਜਿਹੜੇ ਮਹਾਦੀਪ ਦੇ ਵਿੱਚ ਅਫਰੀਕਾ ਮਹਾਦੀਪ ਦੇ ਵਿੱਚ ਪਾਇਆ ਜਾਂਦਾ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਮੈਡਾਗਾਸਕਰ ਹੈਗਾ ਜੀ ਇਹ ਜੇ ਤੁਸੀਂ ਵੇਖ ਰਹੇ ਹੋਗੇ ਆਫਰੀਕਾ ਮਹਾਦੀਪ ਹੈਗਾ ਇਹਨਾਂ ਦੇ ਵਿੱਚ ਇੱਕ ਪਾਣੀ ਇੱਕ ਸਮੁੰਦਰ ਨਜੂਰ ਆ ਰਿਹਾ ਹੋਊਗਾ ਜਿਹੜਾ ਇਸ ਥਾਂ ਨੂੰ ਖਾਲੀ ਥਾਂ ਹੈਗਾ ਇਸ ਨੂੰ ਇੱਕ ਚੈਨਲ ਦਾ ਨਾਮ ਦਿੱਤਾ ਗਿਆ ਕਿਹੜਾ ਚੈਨਲ ਕਿਹਾ ਜਾਂਦਾ ਇਸ ਨੂੰ ਇਸ ਨੂੰ ਕਹਿੰਦੇ ਮੁਜਾਬਿਕ ਚੈਨਲ ਠੀਕ ਹੈ ਜੀ ਕਿਹੜਾ ਕਿਹਾ ਜਾਂਦਾ ਮੁਜਾਬਿਕ ਚੈਨਲ ਦੇ ਨਾਮ ਨਾਲ ਕਿਹਾ ਜਾਂਦਾ ਜੀ ਇਸ ਨੂੰ ਮੁਜਾਬਿਕ ਚੈਨਲ ਠੀਕ ਹੈ ਜੀ ਮੁਜਾਬਿਕ ਚੈਨਲ ਕਿਹਾ ਜਾਂਦਾ ਜੋ ਥਾਂ ਮੈਡਾਗਾਸਕਰ ਤੇ ਆਫਰੀਕਾ ਮਹਾਦੀਪ ਦੇ ਵਿੱਚ ਆਉਂਦਾ ਮੁਜਾਬਿਕ ਚੈਨਲ ਇਸ ਨੂੰ ਕਿਹਾ ਜਾਂਦਾ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਹੈ ਨੈਕਸਟ ਕੁਐਸਚਨ ਕੀ ਬਣਿਆ ਜੀ ਇੰਡੀਆਜ਼ under 5 mortality rate has dramatically decreased from 35 per 1000 to ठीक है जी एक ही क्वेश्चन बने अपने कोले इंडिया अंडर 5 ਜਿਹੜੇ 5 ਸਾਲ ਤੋਂ ਛੋਟੇ 5 ਸਾਲ ਦੇ ਜਿਹੜੇ ਅੰਡਰ ਬੱਚੇ ਆਉਂਦੇ ਨੇ ਉਹਨਾਂ ਦੀ ਮਾਰਟੈਲਿਟੀ ਰੇਟ ਮਰਨ ਦਰ ਜਿਹੜੀ ਹੈਗੀ ਆ ਉਹ 35 ਪਰ 1000 ਠੀਕ ਹੈ ਜੀ 35 ਬੱਚੇ 1000 ਦੇ ਪਿੱਛੇ ਤੋਂ ਲੈ ਕੇ ਕਿੰਨੇ ਚੇਂਜ ਹੋ ਚੁੱਕੇ ਨੇ ਤਾਂ ਇਸ ਦਾ ਆਨਸਰ ਹੋ ਜੂਗਾ ਜੀ 32 ਠੀਕ ਹੈ ਜੀ ਤੁਸੀਂ ਆਖੋਗੇ ਸਰ ਸਾਨੂੰ ਕੁਐਸਚਨ ਨਹੀਂ ਸਮਝ ਆਇਆ ਇਹ ਕੁਐਸਚਨ ਸਿੱਧਾ-ਸਿੱਧਾ ਹੀ ਬੰਦਾ ਵੀ 5 ਸਾਲ ਤੋਂ ਛੋਟੇ ਬੱਚੇ 2019 ਦੇ ਵਿੱਚ ਕੀ ਸੀਗਾ 2019 ਦੇ ਵਿੱਚ 1000 ਪਿੱਛੇ 35 ਬੱਚਿਆਂ ਦੀ ਡੈਥ ਹੋ ਰਹੀ ਸੀ ਜਿਹੜੇ 5 ਸਾਲ ਤੋਂ ਛੋਟੇ ਨੇ ਕਿੰਨੇ ਬੱਚਿਆਂ ਦੀ 35 ਬੱਚਿਆਂ ਦੀ ਡੈਥ ਹੋ ਰਹੀ ਸੀ ਪਰ ਹਾਲ ਹੀ ਦੇ ਵਿੱਚ 2022 ਦੇ ਵਿੱਚ ਕੀ ਹੋਇਆ 1000 ਦੇ ਪਿੱਛੇ ਕਿੰਨੇ ਬੱਚਿਆਂ ਦੀ ਡੈਥ ਹੋ ਰਹੀ ਆ 32 ਬੱਚਿਆਂ ਦੀ ਡੈਥ ਹੋ ਰਹੀ ਆ ਤੇ ਕਿੰਨੇ ਅੰਕ ਕੱਟ ਚੁੱਕੇ ਨੇ ਤਿੰਨ ਜਿਹੜੇ ਹੈਗੇ ਨੇ ਅੰਕ ਕੱਟ ਚੁੱਕੇ ਨੇ ਜੋ ਕਿ ਬਹੁਤ ਵਧੀਆ ਗੱਲ ਹੈਗੀ ਆ ਹੁਣ ਕੀ ਆ 1000 ਪਿੱਛੇ ਸਿਰਫ 32 ਬੱਚਿਆਂ ਦੀ ਡੈਥ ਹੋ ਰਹੀ ਹੈਗੀ ਆ ਜੇਕਰ ਆਪਾਂ ਮੇਲ ਬੇਬੀ ਦੀ ਠੀਕ ਹੈ ਬੋਏ ਜਿਹੜੇ ਹੁੰਦੇ ਨੇ ਮੇਲ ਬੀਬੀਜ਼ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਕਿੰਨੇ ਹੈਗੇ ਨੇ 31 ਬੱਚਿਆਂ ਦੀ ਜਿਹੜੀ ਡੈਥ ਹੋ ਰਹੀ ਆ ਫੀਮੇਲਸ ਦੀ ਗੱਲ ਕਰੀਏ ਫੀਮੇਲਸ ਦੇ ਵਿੱਚ ਕਿੰਨੇ ਬੱਚੇ ਨੇ ਡੈਥ ਹੋ ਰਹੀ ਆ ਤਾਂ 33 ਬੱਚਿਆਂ ਦੀ ਡੈਥ ਹੋ ਰਹੀ ਆ ਹਜ਼ਾਰ ਪਿੱਛੇ ਮੋਰਟੈਲਿਟੀ ਰੇਟ ਫੀਮੇਲਸ ਦੀ ਕਿੰਨੀ ਹੈਗੀ 33 ਮੇਲ ਦੀ ਕਿੰਨੀ ਹੈਗੀ 31 ਓਵਰਆਲ ਗੱਲ ਕਰੀਏ ਤਾਂ ਕਿੰਨੀ ਹੋ ਚੁੱਕੀ ਹੈ ਜੀ 32 ਹੋ ਚੁੱਕੀ ਹੈ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਹੈਗਾ ਠੀਕ ਹੈ ਜੀ ਚਲੋ ਇਹ ਜਿਹੜੀ ਰੇਟ ਕੱਟੀ ਹੈਗੀ ਇਹ ਕਿਸ ਕਰਕੇ ਕੱਟੀ ਹੈਗੀ ਆ ਇਹ ਤੁਹਾਨੂੰ ਪਤਾ ਹੀ ਹਾਲ ਦੀ ਵਿੱਚ ਜਿਹੜੇ ਹੈਗੇ ਨੇ ਕਾਫੀ ਸਾਰੇ ਸਰਕਾਰ ਵੱਲੋਂ ਅਭਿਆਨ ਲਾਂਚ ਕੀਤੇ ਜਾਂਦੇ ਨੇ ਪੋਸ਼ਣ ਬਿਆਨ ਹੋ ਗਿਆ ਮਿਸ਼ਨ ਅੰਦਰ ਇੰਦਰ ਦੁਨੋ ਅਭਿਆਨ ਹੋ ਗਿਆ ਹੈਲਥ ਮਿਨਿਸਟਰੀ ਦੁਆਰਾ ਜਿਹੜਾ ਹੈਗਾ ਵਾਧੂ ਇਸ ਦੇ ਵਿੱਚ ਜਿਹੜਾ ਯੋਗਦਾਨ ਪਾਇਆ ਜਾਂਦਾ ਹੈਗਾ ਠੀਕ ਹੈ ਜੀ ਤਾਂ ਤੁਹਾਡੇ ਸਾਹਮਣੇ ਹੈ ਜੀ ਹੈਲਥ ਮਿਨਿਸਟਰ ਕੌਣ ਨੇ ਆਪਣੇ ਇਹ ਹੈਗੇ ਨੇ ਜੀ ਮਨਸੂਖ ਮਾਂਡਵੀਆ ਮਨਸੂਖ ਮਾਂਡਵੀਆ ਇਹ ਹੋ ਜਾਣਗੇ ਹੈਲਥ ਮਿਨਿਸਟਰ ਪੋਸ਼ਣ ਬਿਆਨ ਦੀ ਗੱਲ ਕਰੀਏ ਤਾਂ ਪੋਸ਼ਣ ਬਿਆਨ ਕਦੋਂ ਸ਼ੁਰੂ ਹੋਇਆ ਸੀਗਾ 2018 ਦੇ ਵਿੱਚ ਸ਼ੁਰੂ ਹੋਇਆ ਸੀਗਾ ਜੀ ਕਿੱਥੋਂ ਸ਼ੁਰੂ ਹੋਇਆ ਸੀਗਾ ਇਹ Rajasthan ਦੇ ਇੱਕ ਜ਼ਿਲ੍ਹੇ ਜਿਸ ਦਾ ਨਾਮ ਕੀ ਹੈ ਜੀ ਜੁੰਜਨੂ ਠੀਕ ਹੈ ਜੀ ਜੁੰਜਨੂ ਜ਼ਿਲ੍ਹੇ ਤੋਂ ਸ਼ੁਰੂ ਹੋਇਆ ਸੀਗਾ ਜੀ Rajasthan ਦੇ ਜ਼ਿਲ੍ਹੇ ਜੁੰਜਨੂ ਤੋਂ ਸ਼ੁਰੂ ਹੋਇਆ ਸੀ 2018 ਦੇ ਵਿੱਚ ਠੀਕ ਹੈ ਜੀ ਇਸ ਨੂੰ ਕੀ ਹੈ ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਪੋਸ਼ਣ ਬિયાન ਨੂੰ ਠੀਕ ਹੈ ਜੀ 2018 ਦੇ ਵਿੱਚ ਲਾਂਚ ਹੋਇਆ ਸੀ ਮਿਸ਼ਨ ਇੰਦਰ ਦਨੁਸ਼ ਦੀ ਗੱਲ ਕਰੀਏ ਇਹ ਕਦੋਂ ਲਾਂਚ ਹੋਇਆ ਸੀ ਜੀ ਇਹ ਹੋਇਆ ਸੀ 25 ਦਸੰਬਰ 2014 ਦੇ ਵਿੱਚ 2014 ਦੇ ਵਿੱਚ ਹੋਇਆ ਸੀ ਮੁੱਖ ਮਕਸਦ ਕੀ ਹੈਗਾ 0 ਤੋਂ ਲੈ ਕੇ 6 ਸਾਲ ਦੇ ਬੱਚਿਆਂ ਦਾ ਕੀ ਕਰਨਾ ਟੀਕਾਕਰਨ ਕਰਨਾ ਠੀਕ ਹੈ ਜੀ ਇਨ੍ਹਾਂ ਅਭਿਆਨਸ ਕਰਕੇ ਹੀ ਜਿਹੜਾ ਹੈਗਾ ਆਪਣੇ ਮੋਰਟੈਲਿਟੀ ਰੇਟ ਆ ਉਹ ਘੱਟ ਕੇ 35 ਤੋਂ ਕਿੰਨੀ ਹੋ ਚੁੱਕੀ ਹੈ 32 ਹੋ ਚੁੱਕੀ ਹੈ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਕੀ ਬਣਿਆ ਜੀ ਵਿਚ ਫਲੈਗਸ਼ਿਪ ਪ੍ਰੋਗਰਾਮ ਆਫ ਗਵਰਨਮੈਂਟ ਹੈਜ਼ ਕੰਪਲੀਟਡ 8 ইয়ারਸ ਠੀਕ ਹੈ ਜੀ ਕਿਹੜੇ ਜਿਹੜੇ ਫਲੈਗਸ਼ਿਪ ਪ੍ਰੋਗਰਾਮ ਨੇ 8 ਸਾਲ ਜਿਹੜੇ ਹੈਗੇ ਨੇ ਪੂਰੇ ਕਰ ਲਏ ਨੇ ਜਿਹੜਾ ਪ੍ਰੋਗਰਾਮ ਹੈਗਾ ਗਵਰਨਮੈਂਟ ਦੁਆਰਾ ਕਿਸ ਜਿਹੜੀ ਪ੍ਰੋਗਰਾਮ ਨੇ 8 ਸਾਲ ਪੂਰੇ ਕਰ ਲਏ ਨੇ ਤੁਹਾਡੇ ਆਪਸ਼ਨ ਤੁਹਾਡੇ ਸਾਹਮਣੇ ਨੇ ਤਾਂ ਹਾਲੀ ਵਿੱਚ ਮੇਕ ਇਨ ਇੰਡੀਆ ਸਕੀਮ ਜਿਹੜੀ ਲਾਂਚ ਕੀਤੀ ਗਈ ਸੀ ਭਾਰਤ ਸਰਕਾਰ ਦੁਆਰਾ ਉਸ ਨੇ ਹਾਲੀ ਵਿੱਚ ਕਿੰਨੇ ਸਾਲ ਪੂਰੇ ਕਰ ਲਏ ਨੇ 8 ਸਾਲ ਪੂਰੇ ਕਰ ਲਏ ਨੇ ਠੀਕ ਹੈ ਜੀ ਮੇਕ ਇਨ ਇੰਡੀਆ ਮੇਕ ਇਨ ਇੰਡੀਆ ਕਦੋਂ ਸ਼ੁਰੂ ਹੋਈ ਸੀ 20 ਕਿੰਨੇ ਦੁਆਰਾ ਸ਼ੁਰੂ ਕੀਤੀ ਗਈ ਸੀ ਤਾਂ ਪੀਐਮ ਨਰਿੰਦਰ ਮੋਦੀ ਜੀ ਦੁਆਰਾ ਠੀਕ ਹੈ ਜੀ ਪੀਐਮ ਨਰਿੰਦਰ ਮੋਦੀ ਜੀ ਦੁਆਰਾ ਸ਼ੁਰੂ ਕੀਤੀ ਗਈ ਸੀ ਹਾਲ ਹੀ ਵਿੱਚ ਕਿੰਨੇ ਸਾਲ ਪੂਰੇ ਹੋ ਚੁੱਕੇ ਨੇ ਇਸ ਨੂੰ 8 ਸਾਲ ਪੂਰੇ ਹੋ ਚੁੱਕੇ ਨੇ ਠੀਕ ਹੈ ਜੀ ਐਨਸੀ ਨੂੰ ਤੁਸੀਂ ਧਿਆਨ ਰੱਖਣਾ ਜੇਕਰ ਆਪਾਂ ਗੱਲ ਕਰੀਏ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਠੀਕ ਹੈ ਜੀ ਇਹ ਕਦੋਂ ਲਾਂਚ ਹੋਈ ਸੀ ਇਹ ਲਾਂਚ ਹੋਈ ਸੀ 2015 ਦੇ ਵਿੱਚ ਠੀਕ ਹੈ ਜੀ ਇਸ ਦਾ ਮੁੱਖ ਮਕਸਦ ਕੀ ਸੀਗਾ ਜੀ ਸਕਿੱਲ ਡਿਵੈਲਪਮੈਂਟ ਕੀ ਸੀਗਾ ਜੀ ਸਕਿੱਲ ਡਿਵੈਲਪਮੈਂਟ ਸਕਿੱਲ ਨੂੰ ਡਿਵੈਲਪਮੈਂਟ ਕਰਨਾ ਇਸ ਦਾ ਮੁੱਖ ਮਕਸਦ ਸੀਗਾ ਕਦੋਂ ਲਾਂਚ ਹੋਈ ਸੀ 2015 ਦੇ ਵਿੱਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਠੀਕ ਹੈ ਜੀ ਇਹ ਕਦੋਂ ਹੋ ਲਾਂਚ ਹੋਈ ਸੀਗੀ ਇਹ ਲਾਂਚ ਹੋਈ ਸੀ 2015 ਦੇ ਵਿੱਚ ਠੀਕ ਹੈ ਜੀ 2015 ਦੇ ਵਿੱਚ ਇਹ ਵੀ ਲਾਂਚ ਹੋਈ ਸੀ ਕਿਸ ਮਿਨਿਸਟਰੀ ਦੇ ਅੰਡਰ ਆਉਂਦੀ ਹੈ ਕੁਐਸਚਨ ਪੁੱਛਿਆ ਗਿਆ ਸੀ ਜੀ ਬਹੁਤ ਇੰਪੋਰਟੈਂਟ ਕੁਐਸਚਨ ਮੰਨਦਾ ਕਿਸ ਮਿਨਿਸਟਰੀ ਦੇ ਅੰਡਰ ਇਹ ਕੰਮ ਕਰਦੀ ਹੈ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਾਂ ਇਹ ਮਿਨਿਸਟਰੀ ਆਫ ਫਾਈਨਾਂਸ ਠੀਕ ਹੈ ਜੀ ministry of finance ਦੇ ਅੰਡਰ ਕਮ ਕਰਦੀ ਹੈ ਜੀ ਠੀਕ ਹੈ ਜੀ ਸਮਾਵਿੱਤਿਆ ਯੋਜਨਾ ਦੀ ਗੱਲ ਕਰੀਏ ਤਾਂ ਇਹ ਕਦੋਂ ਲਾਂਚ ਹੋਈ ਸੀ ਇਹ ਲਾਂਚ ਹੋਈ ਸੀ 2020 ਦੇ ਵਿੱਚ ਠੀਕ ਹੈ ਜੀ ਸਮਾਵਿੱਤਿਆ ਯੋਜਨਾ ਇਹਦੇ ਵਿੱਚ ਕੀ ਹੈ ਮੈਪਿੰਗ ਜਿਹੜੀ ਹੁੰਦੀ ਹੈ ਪਿੰਡਾਂ ਦੇ ਵਿੱਚ ਜਿਹੜੀ ਮੈਪਿੰਗ ਹੁੰਦੀ ਹੈ ਠੀਕ ਹੈ ਵਿਲੇਜ ਦੇ ਵਿੱਚ ਇਹ ਜਿਹੜੀ ਸਮਾਵਿੱਤਿਆ ਜਿਹੜੀ ਹੈਗੀ ਹੈ ਇਹਦੇ ਆਪ ਦੇ ਆਪ ਦੇ ਵਿੱਚ ਇਸ ਦੀ ਇੱਕ ਫੁੱਲ ਫਾਰਮ ਹੈਗੀ ਹੈ ਠੀਕ ਹੈ ਜੀ ਮੈਂ ਬੋਲਦਾ ਤੁਸੀਂ ਧਿਆਨ ਰੱਖਣਾ ਠੀਕ ਹੈ ਜੀ ਐਸ ਤੇ ਹੁੰਦਾ ਸਰਵੇ ਆਫ ਵਿਲੇਜ ਆਬਾਦੀ ਮੈਪਿੰਗ ਵਿਦ ਇੰਪਰੋਵਾਈਜ਼ਡ ਟੈਕਨੋਲੋਜੀ ਇਨ ਵਿਲੇਜ ਏਰੀਆ ਵਿਲੇਜ ਏਰੀਆ ਦੇ ਵਿੱਚ ਜੋ ਮੈਪਿੰਗ ਕਰਨੀ ਹੈ ਵਿਦ ਟੈਕਨੋਲੋਜੀ ਉਸ ਦੇ ਲਈ ਕਿਹੜੀ ਯੋਜਨਾ ਆਈ ਸੀ ਸਮਾਵਿੱਤਿਆ ਯੋਜਨਾ ਆਈ ਸੀ ਕਦੋਂ 2020 ਦੇ ਵਿੱਚ ਆਈ ਸੀ ਤਾਂ ਮੇਕ ਇਨ ਇੰਡੀਆ ਕਦੋਂ ਆਈ ਸੀ 2014 ਦੇ ਵਿੱਚ ਇਹਨੂੰ ਹਾਲੀ ਵਿੱਚ ਕਿੰਨੇ ਸਾਲ ਪੂਰੀ ਹੋ ਚੁੱਕੇ ਨੇ 8 ਸਾਲ ਪੂਰੇ ਹੋ ਚੁੱਕੇ ਨੇ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਹੈ ਜੀ ਨੈਕਸਟ ਗੱਲ ਕਰੀਏ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਠੀਕ ਹੈ ਜੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਪ੍ਰਧਾਨ ਮੰਤਰੀ ਸਮਵਿੱਤ ਯੋਜਨਾ ਇਹ ਪਹਿ ਡਿਸਕਸ ਕਰ ਹੀ ਚੁੱਕੇ ਹੈਗਾ ਠੀਕ ਹੈ ਦੁਬਾਰਾ ਇਸ ਨੂੰ ਪਾ ਦਿੱਤਾ ਗਿਆ ਆਪਸ਼ਨ ਤੋਂ ਆਪਾਂ ਡਿਸਕਸ ਕਰ ਲਿਆ ਹੈਗਾ ਠੀਕ ਹੈ ਜੀ ਜਨਤਨ ਯੋਜਨਾ ਦੀ ਗੱਲ ਕਰੀਏ ਜਨਤਨ ਯੋਜਨਾ ਇਹਨੂੰ ਵੀ ਹਾਲੀ ਵਿੱਚ ਕਿੰਨੇ ਸਾਲ ਪੂਰੇ ਹੋ ਚੁੱਕੇ ਨੇ ਇਸ ਨੂੰ ਵੀ ਹਾਲੀ ਵਿੱਚ 8 ਸਾਲ ਪੂਰੇ ਹੋ ਚੁੱਕੇ ਨੇ ਇਹ ਕਦੋਂ ਲਾਂਚ ਹੋਈ ਸੀ ਇਹ 28 ਅਗਸਤ 2014 ਨੂੰ 28 ਅਗਸਤ 2014 ਨੂੰ ਲਾਂਚ ਹੋਈ ਸੀ ਪ੍ਰਧਾਨ ਮੰਤਰੀ ਜਨਤਨ ਨਿਯੋਜਨਾ ਇਹਨੂੰ ਵੀ ਹਾਲੀ ਵਿੱਚ ਕਿੰਨੇ ਸਾਲ ਪੂਰੇ ਹੋ ਚੁੱਕੇ ਨੇ 8 ਸਾਲ ਪੂਰੇ ਹੋ ਚੁੱਕੇ ਨੇ ਠੀਕ ਹੈ ਜੀ ਨੈਕਸਟ ਕੁਐਸਚਨ ਕੀ ਬੰਦਾ ਜੀ ਵਿੱਚ ਯੂਨੀਅਨ ਮਿਨਿਸਟਰ ਲਾਂਚਡ ਜਲਦੁੱਤ ਐਪ ਟੂ ਚੈੱਕ ਵਾਟਰ ਲੈਵਲਸ ਕਿਹੜੇ ਕੇਂਦਰੀ ਮੰਤਰੀ ਨੇ ਪਾਣੀ ਦੇ ਪੱਧਰ ਨੂੰ ਜਾਂਚ ਕਰਨ ਲਈ ਜਲਦੁੱਤ ਐਪ ਲਾਂਚ ਕੀਤੀ ਹੈ ਤਾਂ ਤੁਹਾਡੇ ਆਪਸ਼ਨ ਨੇ ਗੀਰੀ ਰਾਜ ਸਿੰਘ ਗਜਿੰਦਰ ਸਿੰਘ ਸ਼ਿਕਾਵਤ ਦਰਮੇਂਦਰ ਪ੍ਰਧਾਨ ਜੰਪੋਪਿੰਦਰ ਯਾਦਵ ਤਾਂ ਸਹੀ ਉੱਤਰ ਹੋ ਜੂਗਾ ਦੀ ਫਸਟ गिरीराज सिंह ਠੀਕ ਹੈ ਜੀ ਗਿਰੀराज ਸਿੰਘ ਨੇ ਆ ਤੁਹਾਡੇ ਸਾਹਮਣੇ ਪਿਕਚਰ ਹੈਗੀ ਆ ਇਹਨਾਂ ਨੇ ਜਲਦੁੱਤ ਐਪ ਜਿਹੜੀ ਹਾਲੀ ਵਿੱਚ ਲਾਂਚ ਕੀਤੀ ਗਈ ਹੈ ਤੇ ਗਿਰੀराज ਸਿੰਘ ਜਿਹੜੇ ਕਿਹਦੇ ਮਿਨਿਸਟਰ ਨੇ ਇਹ ਹੈਗੇ ਨੇ ਰੂਰਲ ਡਿਵੈਲਪਮੈਂਟ ਨੋਟ ਕਰੋ ਜੀ ਰੂਰਲ ਡਿਵੈਲਪਮੈਂਟ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਮਿਨਿਸਟਰ ਐਂਡ ਪੰਚਾਇਤੀ ਮਿਨਿਸਟਰ ਠੀਕ ਹੈ ਜੀ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਮਿਨਿਸਟਰ ਕੌਣ ਹੈਗੇ ਨੇ ਗਿਰੀ ਰਾਜ ਸਿੰਘ ਹੈਗੇ ਨੇ ਤੁਹਾਡੇ ਤੁਹਾਡੇ ਸਾਹਮਣੇ ਪਿਕਚਰ ਲੱਗੀ ਹੋਈ ਆ ਇਹਨਾਂ ਨੇ ਹਾਲੀ ਵਿੱਚ ਦਿੱਲੀ ਵਿੱਚ ਇੱਕ ਸੈਸ਼ਨ ਅਟੈਂਡ ਕੀਤਾ ਸੀ ਉਸ ਵਿੱਚ ਕੀ ਕੀਤਾ ਜਲਦੁੱਦ ਐਪ ਨੂੰ ਜਿਹੜਾ ਹੈਗਾ ਲਾਂਚ ਕੀਤਾ ਹੈਗਾ ਕਦੇ ਵਾਸਤੇ ਵਾਟਰ ਲੈਵਲ ਨੂੰ ਜਾਂਚ ਕਰਨ ਵਾਸਤੇ ਠੀਕ ਹੈ ਜੀ ਕੀ ਮਤਲਬ ਇਸ ਦਾ ਇਸ ਦੇ ਵਿੱਚ ਗਰਾਊਂਡ ਵਾਟਰ ਦੀ ਜਾਂਚ ਕੀਤੀ ਜਾਊਗੀ ਜੀ ਗਰਾਊਂਡ ਵਾਟਰ ਦੀ ਜਾਂਚ ਕੀਤੀ ਜਾਊਗੀ ਠੀਕ ਹੈ ਜੀ ਸਾਲ ਦੇ ਵਿੱਚ ਦੋ ਵਾਰੀ ਕੀਤੀ ਜਾਊਗੀ ਇੱਕ ਸਾਲ ਦੇ ਵਿੱਚ ਦੋ ਵਾਰੀ ਕਦੋਂ ਕਦੋਂ ਇੱਕ ਤਾਂ ਕਦੋਂ ਕੀਤੀ ਜਾਊਗੀ ਜੀ ਪ੍ਰੀ ਮੌਨਸੂਨ ਕਦੋਂ ਕੀਤੀ ਜਾਊਗੀ ਜੀ ਪ੍ਰੀ ਮੌਨਸੂਨ ਇੱਕ ਕੀਤੀ ਜਾਊਗੀ ਪੋਸਟ ਮੌਨਸੂਨ ਠੀਕ ਹੈ ਜੀ ਇਸ ਦਾ ਕੀ ਮਤਲਬ ਹੈਗਾ ਇਹ ਜਿਹੜੀ ਐਪ ਹੈਗੀ ਆ ਇਹਦੇ ਨਾਲ ਜਿਹੜਾ ਪਾਣੀ ਦੇ ਵਿੱਚ ਗਰਾਊਂਡ ਲੈਵਲ ਕਿੰਨਾ ਹੈਗਾ ਗਰਾਊਂਡ ਵਾਟਰ ਲੈਵਲ ਕਿੰਨਾ ਹੈਗਾ ਇੱਕ ਤਾਂ ਮੌਨਸੂਨੋਂ ਤੋਂ ਪਹਿਲਾਂ ਲਾਂਚ ਕੀਤਾ ਜਾਊਗਾ ਠੀਕ ਹੈ ਜੀ ਉਹਦਾ ਜਿਹੜਾ ਸਾਰਾ ਡਾਟਾ ਹੋਊਗਾ ਇਸ ਐਪ ਤੇ ਅਪਲੋਡ ਹੋਏਗਾ ਨੈਕਸਟ ਕੀ ਆ ਪ੍ਰੀ ਪੋਸਟ ਮੌਨਸੂਨ ਜਦੋਂ ਮੌਨਸੂਨ ਚਲਾ ਗਿਆ ਠੀਕ ਹੈ ਮੌਨਸੂਨ ਆ ਕੇ ਵਾਪਸ ਚਲਾ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਗਰਾਊਂਡ ਵਾਟਰ ਜਿਹੜਾ ਲੈਵਲ ਆ ਚੈੱਕ ਹੋਊਗਾ ਉਸ ਦਾ ਡਾਟਾ ਵੀ ਇਸ ਐਪ ਤੇ ਅਪਲੋਡ ਕੀਤਾ ਜਾ ਇਸ ਦੇ ਨਾਲ ਕੀ ਹੋਊਗਾ ਵੀ ਕਿਸ ਰਾਜ ਦੇ ਵਿੱਚ ਕਿਸ ਸਿਟੀ ਦੇ ਵਿੱਚ ਕਿਸ ਪਿੰਡ ਦੇ ਵਿੱਚ ਕੀ ਲੈਵਲ ਵਾਟਰ ਦਾ ਚੱਲ ਰਿਹਾ ਹੈਗਾ ਉਸ ਹਿਸਾਬ ਦੇ ਨਾਲ ਕੀ ਜਿਹੜੀ ਯੋਜਨਾ ਹੈਗੀ ਆ ਉਸ ਰਾਜ ਦੇ ਵਿੱਚ ਲਾਂਚ ਕਰਨੀ ਹੈਗੀ ਆ ਇਸ ਦੇ ਵਿੱਚ ਇਹ ਹੈਲਪ ਕਰੂਗੀ ਠੀਕ ਹੈ ਜੀ ਤਾਂ ਕਰਕੇ ਕਿਹੜੀ ਜਿਹੜੀ ਲਾਂਚ ਕੀਤੀ ਗਈ ਆ ਜਲਦੁੱਤ ਐਪ ਲਾਂਚ ਕੀਤੀ ਗਈ ਹੈ ਗਿਰੀ ਰਾਜਦਵਾਰਾ ਕਿਹੜੇ ਮਿਨਿਸਟਰ ਨੇ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਮਿਨਿਸਟਰ ਨੇ ਕੀਤੀ ਠੀਕ ਹੈ ਜੀ ਨੈਕਸਟ ਗੱਲ ਕਰੀਏ ਜਲ ਸ਼ਕਤੀ ਮਿਨਿਸਟਰ ਜਲ ਸ਼ਕਤੀ ਮਿਨਿਸਟਰ ਕੌਣ ਹੈਗੇ ਨੇ ਜੀ ਆਪਣੇ ਗਜਿੰਦਰ ਸਿੰਘ ਸ਼ੇਖਾਵਤ ਕੌਣ ਹੈਗੇ ਨੇ ਜੀ ਗਜੇਂਦਰ ਸਿੰਘ ਸ਼ੇਖਾਵਤ ਗਜੇਂਦਰ ਸਿੰਘ ਸ਼ੇਖਾਵਤ ਆਪਣੇ ਹੈਗੇ ਨੇ ਜਲ ਸ਼ਕਤੀ ਮਿਨਿਸਟਰ ਠੀਕ ਹੈ ਜੀ ਜਲ ਸ਼ਕਤੀ ਮਿਨਿਸਟਰੀ ਵੱਲੋਂ ਹਾਲ ਹੀ ਵਿੱਚ ਇੱਕ ਜਿਹੜਾ ਹੈਗਾ ਕੈਂਪੇਨ ਲਾਂਚ ਕੀਤਾ ਗਿਆ ਜਿਸ ਦਾ ਕੀ ਨਾਮ ਹੈ ਜੀ ਕੈਚ ਦਾ ਰੇਨ ਕੈਚ ਦਾ ਰੇਨ 2022 ਠੀਕ ਹੈ ਜੀ ਇਹ ਕਿੰਦੇ ਵੱਲੋਂ ਲਾਂਚ ਕੀਤਾ ਗਿਆ ਜਲ ਮਿਨਿਸਟਰੀ ਵੱਲੋਂ ਲਾਂਚ ਕੀਤਾ ਗਿਆ ਕੀ ਮਤਲਬ ਹੈ ਜੀ ਕੈਚ ਦਾ ਰੇਨ ਮਤਲਬ ਰੇਨ ਦਾ ਜਿਹੜਾ ਪਾਣੀ ਹੈ ਉਸ ਨੂੰ ਵੇਸਟ ਨਾ ਜਾ ਕੇ ਉਸ ਨੂੰ ਇਕੱਠਾ ਕੀਤਾ ਜਾਵੇ ਤਾਂ ਇਹ ਜਿਹੜਾ ਕੈਂਪੇਨ ਹੈ ਇਹ ਕਿੰਦੇ ਦੁਆਰਾ ਲਾਂਚ ਕੀਤਾ ਗਿਆ ਸੀ ਉਦਘਾਟਨ ਕਿਸੇ ਦੁਆਰਾ ਕੀਤਾ ਗਿਆ ਸੀ ਇਹ ਉਦਘਾਟਨ ਰਾਮਨਾਥ ਕੋਵਿੰਦ ਜੀ ਦੁਆਰਾ ਕੀਤਾ ਗਿਆ ਸੀ ਰਾਮਨਾਥ ਕੋਵਿੰਦ ਜੀ ਦੁਆਰਾ ਇਸ ਦਾ ਉਦਘਾਟਨ ਕੀਤਾ ਗਿਆ ਸੀ ਠੀਕ ਹੈ ਜੀ ਜਲ ਸ਼ਕਤੀ ਮਿਨਿਸਟਰ ਵੱਲੋਂ ਕਿਹੜਾ ਜਿਹੜਾ ਮਿਸ਼ਨ ਲਾਂਚ ਕੀਤਾ ਗਿਆ ਉਸ ਮਿਸ਼ਨ ਦਾ ਨਾਮ ਹੈਗਾ ਜੀ ਜਲ ਸ਼ਕਤੀ ਮਿਸ਼ਨ ਠੀਕ ਹੈ ਜੀ ਜਲ ਸ਼ਕਤੀ ਮਿਸ਼ਨ ਜਿਹੜਾ ਹੈਗਾ ਲਾਂਚ ਕੀਤਾ ਗਿਆ ਸੀ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਹੈ ਵਾਟਰ ਡੇ ਦੀ ਗੱਲ ਕਰੀਏ ਤਾਂ ਵਾਟਰ ਡੇ ਕਦੋਂ ਆਬਜ਼ਰਵ ਕੀਤਾ ਜਾਂਦਾ 22 ਮਾਰਚ ਨੂੰ ਆਬਜ਼ਰਵ ਕੀਤਾ ਜਾਂਦਾ ਵਾਟਰ ਡੇ ਠੀਕ ਹੈ ਜੀ ਤੇ ਇਹ 2022 ਦੇ ਵਿੱਚ ਮਨਾਇਆ ਗਿਆ ਉਸ ਦੀ ਥੀਮ ਕੀ ਸੀਗੀ ਥੀਮ ਨੋਟ ਕਰ ਲਓ ਜੀ ਥੀਮ ਕੀ ਸੀ ਉਸ ਦੀ ਗਰਾਊਂਡ ਵਾਟਰ ਗਰਾਊਂਡ ਵਾਟਰ ਮੇਕਿੰਗ ਦਾ ਇਨਵੀਜ਼ੀਬਲ ਇਨਵੀਜ਼ੀਬਲ ਵਿਜ਼ੀਬਲ ਠੀਕ ਹੈ ਜੀ ਜੋ ਆ ਅਦ੍ਰਿਸ਼્ય ਪਾਣੀ ਹੈਗਾ ਉਸ ਨੂੰ ਵਿਜੀਬਲ ਬਣਾਉਣਾ ਗਰਾਉਂਡ ਵਾਟਰ ਮੇਕਿੰਗ ਦਾ ਇਨਵਿਜੀਬਲ ਵਿਜੀਬਲ ਇਸ ਦੀ ਥੀਮ ਸੀ ਕਿ 22 ਮਾਰਚ ਨੂੰ ਵਾਟਰ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਹੈ ਨੈਕਸਟ ਕੁਐਸਚਨ ਕੀ ਬਣਿਆ ਜੀ ਆਪਣੇ ਕੋਲੇ ਪੰਡਿਤ ਦੀਨਦyal ਉਪਾਦੇ ਜੀਵਨ ਦਰਸ਼ਨ ਸਮਤੀ ਨਾਮਕ ਕਿਤਾਬ ਕਿਸ ਨੇ ਜਾਰੀ ਕੀਤੀ ਬੁੱਕ ਦਾ ਨਾਮ ਕੀ ਹੈਗਾ ਜੀ ਦੀਨ ਪੰਡਿਤ ਦੀਨਦyal ਉਪਾਦੇ ਜੀਵਨ ਦਰਸ਼ਨ ਸਮਾਮਿਕਤਿਆ ਠੀਕ ਹੈ ਜੀ ਸਮਾਮਿਕਤਿਆ ਜਿਹੜੀ ਲਾਂਚ ਜਿਹੜੀ ਹੈਗੀ ਬੁੱਕ ਹੈਗੀ ਆ ਇਹ ਕਿਸ ਦੇ ਦੁਆਰਾ ਲਾਂਚ ਕੀਤੀ ਗਈ ਹੈਗੀ ਬੁੱਕ ਦਾ ਨਾਮ ਹੈਗਾ ਦੀਨ ਦਿয়াল ਉਪਾਦੇ ਜੀਵਨ ਦਰਸ਼ਨ ਠੀਕ ਹੈ ਜੀ ਕਿਹਦੇ ਦੁਆਰਾ ਲਾਂਚ ਕੀਤੀ ਗਈ ਆ ਇਹ ਲਾਂਚ ਕੀਤੀ ਗਈ ਜਗਦੀਪ ਦਨਖੜ ਜੀ ਦੁਆਰਾ ਲਾਂਚ ਕੀਤੀ ਗਈ ਹੈ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਪਿਕਚਰ ਹੈਗੀ ਜੀ ਲਾਂਚ ਕਰਦੇ ਪਏ ਨੇ ਇਸ ਬੁੱਕ ਨੂੰ ਇਹ ਹੋਣੇ ਕਿ ਕਿਉਂ ਲਾਂਚ ਕੀਤੀ ਗਈ ਹੈਗੀ ਕਿਉਂਕਿ 25 ਸਤੰਬਰ ਨੂੰ ਕੀ ਹੁੰਦਾ ਜੀ ਆਪਾਂ ਹਾਲੀ ਦੇ ਵਿੱਚ ਪੜਿਆ ਹੈਗਾ 25 ਸਤੰਬਰ ਨੂੰ ਕੀ ਹੁੰਦਾ ਅਨਤੋਦਿਆ ਦੇਵਸ ਹੁੰਦਾ ਜੀ ਅੰਤੋਦਿਆ ਦਿਵਸ ਹੁੰਦਾ 25 ਸਤੰਬਰ ਨੂੰ ਅੰਤੋਦਿਆ ਦਿਵਸ ਕਿਉਂ ਬਣਾਇਆ ਜਾਂਦਾ ਕਿਉਂਕਿ ਇਸ ਦਿਨ ਕੀ ਹੁੰਦਾ ਬਰਥ ਅਨਿਵਰਸਰੀ ਹੁੰਦੀ ਹੈ ਜੀ ਕਿਹਦੀ ਬਰਥ ਅਨਿਵਰਸਰੀ ਹੁੰਦੀ ਹੈ ਜੀ ਪੰਡਿਤ ਦੀਨ ਦਿਆਲ ਉਪਾਦਿਆ ਦੀ ਬਰਥ ਅਨਿਵਰਸਰੀ ਹੁੰਦੀ ਹੈ ਠੀਕ ਹੈ ਜੀ ਉਹਨਾਂ ਦੀ ਬਰਥ ਅਨਿਵਰਸਰੀ ਦੇ ਕਾਰਨ ਹੀ ਬੁੱਕ ਲਾਂਚ ਕੀਤੀ ਗਈ ਹੈ ਜਿਸ ਦਾ ਨਾਮ ਹੈਗਾ ਜੀ ਪੰਡਿਤ ਦੀਨ ਦਿਆਲ ਉਪਾਦਿਆ ਜੀਵਨ ਦਰਸ਼ਨ ਜਿਸ ਬੁੱਕ ਦਾ ਨਾਮ ਹੈਗਾ ਠੀਕ ਹੈ ਜੀ ਕਿਸ ਦੇ ਦੁਆਰਾ ਲਾਂਚ ਕੀਤੀ ਗਈ ਹੈ ਜਗਦੀਪ ਦਨਕਰ ਜੀ ਦੁਆਰਾ ਲਾਂਚ ਕੀਤੀ ਗਈ ਹੈ ਆਪਣੇ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਨੇ ਠੀਕ ਹੈ ਜੀ ਹਾਂ ਜੀ ਅੰਬੇਦਕਰ ਐਂਡ ਮੋਦੀ ਹਾਲੀ ਵਿੱਚ ਆਪਾਂ ਬੁੱਕ ਲਾਂਚ ਕੀਤੀ ਸੀ ਆਪਾਂ ਕਰੰਟ ਅਫੇਅਰ ਦੇ ਸੈਸ਼ਨ ਵਿੱਚ ਵੀ ਪੜਿਆ ਸੀਗਾ ਅੰਬੇਦਕਰ ਐਂਡ ਮੋਦੀ ਜਿਸ ਦੇ ਵਿੱਚ ਕੀ ਹੋਊਗਾ ਅੰਬੇਦਕਰ ਐਂਡ ਮੋਦੀ ਦੀ ਜਿਹੜੀ ਸੋਚ ਮਿਲਦੀ ਹੈ ਉਸ ਦੇ ਬਾਰੇ ਜਿਹੜੀ ਚਰਚਾ ਹੈ ਇਸ ਬੁੱਕ ਦੇ ਵਿੱਚ ਕੀਤੀ ਗਈ ਹੈ ਕਿੰਦੇ ਦੁਆਰਾ ਇਹ ਬੁੱਕ ਲਾਂਚ ਕੀਤੀ ਗਈ ਸੀ ਤਾਂ ਇਹ ਬੁੱਕ ਲਾਂਚ ਕੀਤੀ ਗਈ ਸੀ ਜੀ ਰਾਮਨਾਥ ਕੋਵਿੰਦ ਜੀ ਦੁਆਰਾ ਰਾਮਨਾਥ ਕੋਵਿੰਦ ਜੀ ਦੁਆਰਾ ਲਾਂਚ ਕੀਤੀ ਗਈ ਸੀ ਫ੍ਰੋਮ ਰਾਜਪਥ ਤੋ ਲੋਕਪਥ ਠੀਕ ਹੈ ਜੀ ਇਹ ਬੁੱਕ ਕਿੰਦੇ ਦੁਆਰਾ ਲਿਖੀ ਗਈ ਹੈ ਇਹ ਲਿਖੀ ਗਈ ਹੈ ਜੀ ਵਿਜੇ ਰਾਜਾ ਸਚਨਿੰਦ ਦੇ विजय राज सचनिंदे ठीक है जी सचनिंदा विजय राज सचनिंदा ਦੁਆਰਾ ਲਾਂਚ ਕੀਤੀ ਗਈ ਹੈ ਜੀ ਗੀਤਾਂਜਲੀ ਦੀ ਗੱਲ ਕਰੀਏ ਤਾਂ ਇਹ ਬੁੱਕ ਕਿੰਦੇ ਦੁਆਰਾ ਲਿਖੀ ਗਈ ਹੈ ਜੀ ਇਹ ਰਬਿੰਦਰ ਨਾਥ ਟੈਗੋਰ ਜੀ ਦੁਆਰਾ ਰਬਿੰਦਰ ਨਾਥ ਟੈਗੋਰ ਜੀ ਦੁਆਰਾ ਲਿਖੀ ਗਈ ਹੈਗੀ ਗੀਤਾਂਜਲੀ ਠੀਕ ਹੈ ਜੀ ਨੈਕਸਟ ਗੱਲ ਕਰੀਏ ਲੋਸਟ ਚਾਈਲਡ ਇਹ ਬੁੱਕ ਕਿੰਦੇ ਦੁਆਰਾ ਲਿਖੀ ਗਈ ਹੈ ਇਸ ਦੇ ਲੇਖਕ ਨੇ ਜੀ ਮੁਲਕ ਰਾਜ ਆਨੰਦ ਮੁਲਕ ਰਾਜ ਆਨੰਦ ਜਿਹੜੇ ਹੈਗੇ ਨੇ ਇਸੇ ਲੇਖਕ ਨੇ ਮਾਈ ਐਕਸਪੈਰੀਮੈਂਟਸ ਵਿਦ ਤਰੁਤ ਇਹ ਬੁੱਕ ਕਿਸ ਦੀ ਹੈਗੀ ਜੀ ਇਹ ਹੈਗੀ ਮਹਾਤਮਾ ਗਾਂਧੀ ਦੀ ਮਹਾਤਮਾ ਗਾਂਧੀ ਦੀ ਬੁੱਕ ਹੈਗੀ ਜੀ ਮਾਈ ਐਕਸਪੈਰੀਮੈਂਟਸ ਵਿਦ ਤਰੁਤ ਠੀਕ ਹੈ ਜੀ ਆਨੰਦ ਮੰਤ ਦੀ ਗੱਲ ਕਰੀਏ ਤਾਂ ਇਹ ਬੁੱਕ ਇਸ ਦੁਆਰਾ ਲਿਖੀ ਗਈ ਹੈ ਜੀ ਇਹ ਲਿਖੀ ਗਈ ਬੈਕੀਮ ਚੰਦਰ ਚਟਰਜੀ ਦੁਆਰਾ ਬੈਕੀਮ ਚੰਦਰ ਚਟਰਜੀ ਠੀਕ ਹੈ ਜੀ ਉਹਨਾਂ ਦੁਆਰਾ ਬੁੱਕ ਲਿਖੀ ਗਈ ਹੈ ਨੈਕਸਟ ਕੁਐਸਚਨ ਕੀ ਹੈ ਜੀ ਰੀ ਰੀਅਲ ਟੇਲ ਠੀਕ ਹੈ ਜੀ ਰੀਅਲ ਟੇਲ ਹੂ ਹੈਜ਼ ਅਪੋਇੰਟਡ ਐਸ ਅ ਨਿਊ ਚੇਅਰਮੈਨ ਐਂਡ ਐਮਟੀ ਆਫ ਰੀਅਲਟੀ ਰੀਅਲ ਟੇਲ ਦੇ ਨਵੇਂ ਚੇਅਰਮੈਨ ਐਂਡ ਐਮਡੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਜੀ ਤਾਂ ਇਹ ਨਿਯੁਕਤ ਕੀਤਾ ਗਿਆ ਜੀ ਸੰਜੇ ਕੁਮਾਰ ਨੂੰ ਠੀਕ ਹੈ ਜੀ ਹਾਲ ਹੀ ਵਿੱਚ ਸੰਜੇ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਤੁਹਾਡੇ ਸਾਹਮਣੇ ਪਿਕਚਰ ਹੈ ਜੀ ਆ ਤੁਹਾਡੇ ਸਾਹਮਣੇ ਲੋਗੋ ਹੈਗਾ ਜੀ ਰੀਅਲ ਟੇਲ ਦਾ ਇਹ ਕੀ ਹੈ ਜੀ ਇੱਕ ਮਿਨੀ ਰਤਨ ਕੰਪਨੀ ਹੈਗੀ ਆਪਾਂ ਤਿੰਨ ਕੰਪਨੀਆਂ ਕੱਲ ਕੱਲ ਦੇ ਜਿਹੜੇ ਹੈਗੇ ਸੈਸ਼ਨ ਦੇ ਵਿੱਚ ਪੜਿਆ ਸੀ ਇੱਕ ਹੁੰਦੀ ਮਿਨੀ ਰਤਨ ਠੀਕ ਹੈ ਜੀ ਇੱਕ ਹੁੰਦੀ ਆਪਣੇ ਕੋਲੇ ਮਹਾਰਤਨ ਮਿਨੀ ਰਤਨ ਨਵ ਰਤਨ ਮਹਾਰਤਨ ਇਹ ਕਿਹੜੀ ਹੈਗੀ ਜੀ ਮਿਨੀ ਰਤਨ ਦੇ ਵਿੱਚ ਆਉਂਦੀ ਹੈਗੀ ਆਪਣੇ ਕੋਲ ਰੀਅਲ ਟੈਲ ਠੀਕ ਹੈ ਜੀ ਇਸ ਦੇ ਜਿਹੜੇ ਹੈਗੇ ਨੇ ਸੰਜੀ ਕੁਮਾਰ ਉਹਨਾਂ ਨੂੰ ਕੀ ਹੈ ਐਮ ਡੀ ਜਾਂ ਚੇਅਰਮੈਨ ਦੋਵੇਂ ਵਜੋਂ ਨਿਯੁਕਤ ਕੀਤਾ ਗਿਆ ਰੀਅਲ ਟੈਲ ਦੇ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਹਾਲ ਹੀ ਵਿੱਚ ਕਿਹੜੇ ਕਿਹੜੇ ਨਿਯੁਕਤੀਆਂ ਪੜੀਆਂ ਆਪਾਂ ਕਾਫੀ ਨਿਯੁਕਤੀਆਂ ਪੜ ਚੁੱਕੇ ਸੀ ਆਪਾਂ ਉਹਨੂੰ ਆਪਾਂ ਥੋੜਾ ਰਿਵੀਜ਼ਨ ਕਰ ਲਈਏ ਏਮਸ ਦਿੱਲੀ ਦੇ ਡਾਇਰੈਕਟਰ ਜਿਹੜੇ ਹੈਗੇ ਨੇ ਕਿਸ ਨੂੰ ਨਿਯੁਕਤ ਕੀਤਾ ਗਿਆ ਇਹ ਨਿਯੁਕਤ ਕੀਤਾ ਗਿਆ ਜ ਡਾਕਟਰ ਐਮ శ్రీਨਵਾਸ ਨੂੰ ਨਿਯੁਕਤ ਕੀਤਾ ਗਿਆ ਆਈਸੀਐਮਆਰ ਦੀ ਗੱਲ ਕਰੀਏ ਤਾਂ ਇਸ ਨੂੰ ਕੌਣ ਨਿਯੁਕਤ ਕੀਤਾ ਗਿਆ ਇਸ ਦੇ ਡਾਇਰੈਕਟਰ ਨਿਯੁਕਤ ਕੀਤੇ ਗਏ ਡਾਕਟਰ राजीव ਬਹਿਲ ਡਾਕਟਰ राजीव ਬਹਿਲ ਨੂੰ ਨਿਯੁਕਤ ਕੀਤਾ ਗਿਆ ਜੀ ਠੀਕ ਹੈ ਜੀ ਡਾਇਰੈਕਟਰ ਜਨਰਲ ਆਫ ਗੁੱਡ ਗਵਰਨੈਂਸ ਇਹ ਕਿੰਨਾਂ ਨੂੰ ਨਿਯੁਕਤ ਕੀਤਾ ਗਿਆ ਇਹ ਨਿਯੁਕਤ ਕੀਤਾ ਗਿਆ ਜੀ ਭਾਰਤ ਲਾਲ ਨੂੰ ਭਾਰਤ ਲਾਲ ਨੂੰ ਨਿਯੁਕਤ ਕੀਤਾ ਗਿਆ ਡਾਇਰੈਕਟਰ ਜਨਰਲ ਆਫ ਗੁੱਡ ਗਵਰਨੈਂਸ ਠੀਕ ਹੈ ਜੀ ਸਾਇਮ ਦੀ ਗੱਲ ਕਰੀਏ ਤਾਂ ਇਹਨਾਂ ਦੇ ਪ੍ਰੈਜ਼ੀਡੈਂਟ ਕਿੰਨਾਂ ਨੂੰ ਨਿਯੁਕਤ ਕੀਤਾ ਗਿਆ ਜੀ ਇਹ ਨਿਯੁਕਤ ਕੀਤਾ ਗਿਆ ਵਿਨੋਦ ਅਗਰਵਾਲ ਠੀਕ ਹੈ ਜੀ ਵਿਨੋਦ ਅਗਰਵਾਲ ਇਸਰੋ ਦੀ ਗੱਲ ਕਰੀਏ ਤਾਂ ਇਹ ਕੌਣ ਨੇ ਜੀ ਇਸ ਟਾਈਮ ਇਸ ਦੇ ਹੈੱਡ ਚੇਅਰਮੈਨ ਕੌਣ ਨੇ ਇਹ ਹੈਗੇ ਨੇ ਜੀ ਸੁਮੀਰ ਵੀ ਕਾਮੰਤ ਕੌਣ ਨੇ ਜੀ ਸੁਮੀਰ ਵੀ ਕਾਮੰਤ ਕਿੰਨਾਂ ਦੀ ਜਗ੍ਹਾ ਤੇ ਬਣੇ ਨੇ ਇਹ ਬਣੇ ਨੇ ਜੀ ਸतीश ਰੈਡੀ ਜੀ ਸतीश ਰੈਡੀ ਦੀ ਥਾਂ ਤੇ ਬਣੇ ਨੇ ਡੀਆਰਡੀ ਦੀ ਗੱਲ ਕਰੀਏ ਤਾਂ ਇਸ ਟਾਈਮ ਇਸ ਦੇ ਕੌਣ ਚੇਅਰਮੈਨ ਹੈਗੇ ਨੇ ਇਹ ਹੈਗੇ ਨੇ ਜੀ ਐਸ ਸੋਮਨੰਥ ਐਸ ਸੋਮਨਾਥ ਕਿਹਦੀ ਜਗ੍ਹਾ ਤੇ ਬਣੇ ਨੇ ਇਹ ਬਣੇ ਜੀ ਕੇਸਬੰਦੀ ਜਗ੍ਹਾ ਤੇ ਬਣੇ ਨੇ ਠੀਕ ਹੈ ਜੀ ਮੈਂ ਥੋੜਾ ਉਲਟ ਦੱਸ ਦਿੱਤਾ ਡੀਆਰਡੀਓ ਜਗ੍ਹਾ ਤੇ ਤੁਸੀਂ ਕੀ ਲਿਖ ਲੈਣਾ ਇਸਰੋ ਇਸਰੋ ਦੇ ਚੇਅਰਮੈਨ ਕੌਣ ਨੇ ਐਸ ਸੋਮਨਾਥ ਨੇ ਕਿਹਦੀ ਜਗ੍ਹਾ ਤੇ ਬਣੇ ਨੇ ਕੇਸਬੰਦੀ ਜਗ੍ਹਾ ਦੇ ਬਣੇ ਨੇ ਇਸਰੋ ਦੀ ਥਾਂ ਤੇ ਤੁਸੀਂ ਕੀ ਲਿਖ ਲੈਣਾ ਡੀਆਰਡੀਓ ਡੀਆਰਡੀਓ ਦੇ ਕੌਣ ਜਿਹੜੇ ਹੈੱਡ ਬਣੇ ਨੇ ਚੇਅਰਮੈਨ ਨੇ ਉਹ ਹੈਗੇ ਨੇ ਸੁਮੀਰ ਵੀ ਕਾਮਤ ਬਣੇ ਨੇ ਕਿਹਦੇ ਥਾਂ ਤੇ ਜੀ ਸतीश ਰੈਡੀ ਦੇ ਬਣੇ ਨੇ ਤਾਂ ਆ ਡੀਆਰਡੀਓ ਦਾ ਮੈਂ ਉੱਪਰ ਲਿਖਤਾ ਸੀਗਾ ਜੀ نیچے ਲਿਖਤਾ ਸੀ ਇਸਰੋ ਦਾ ਇਸ ਸੀਨ ਨੂੰ ਤੁਸੀਂ ਥੋੜ ਨੈਕਸਟ ਗੱਲ ਕਰੀਏ ਜੀ ਵਰਲਡ ਫਾਰਮੇਸੀ ਦੇ ਵਰਲਡ ਫਾਰਮੇਸੀ ਦੇ ਜਿਹੜਾ ਹੈਗਾ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਤੇ ਇਹ ਸੈਲੀਬ੍ਰੇਟ ਕੀਤਾ ਜਾਂਦਾ ਜੀ 25 ਸਤੰਬਰ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਵਰਲਡ ਫਾਰਮੇਸੀ ਦੇ ਇਸ ਦੀ ਥੀਮ ਕੀ ਸੀ ਜੀ ਥੀਮ ਤੁਹਾਡੇ ਸਾਹਮਣੇ ਲਿਖੀ ਪਈ ਹੈ ਫਾਰਮੇਸੀ ਯੂਨਾਈਟਡ ਇਨ ਐਕਸ਼ਨ ਫਾਰ ਅ ਹੈਲਥੀਅਰ ਵਰਡ ਕੀ ਹੈ ਜੀ ਫਾਰਮੇਸੀ ਯੂਨਾਈਟਡ ਇਨ ਐਕਸ਼ਨ ਫਾਰ ਅ ਹੈਲਥੀਅਰ ਵਰਡ ਹੈਲਥੀਅਰ ਵਰਡ ਲਈ ਜਿਹੜੀ ਫਾਰਮੇਸੀ ਆ ਉਸ ਨੂੰ ਯੂਨਾਈਟ ਕਰਕੇ ਚੱਲਣਾ ਜ਼ਰੂਰੀ ਹੈਗਾ ਅੱਜ ਦੇ ਸਮੇਂ ਵਾਸਤੇ ਇਹ ਇਸ ਦੀ ਥੀਮ ਰੱਖੀ ਗਈ ਹੈ ਠੀਕ ਹੈ ਜੀ ਇਸ ਨੂੰ ਤੁਸੀਂ ਧਿਆਨ ਰੱਖਣਾ ਹੈ हां जी क्वेश्चन फॉर यू कमेंट बॉक्स वास्ते ਤੁਹਾਡੇ ਕੁਐਸਚਨ ਹੈਗਾ ਜੀ ਕਮੈਂਟ ਬਾਕਸ ਵਿੱਚ ਤੁਸੀਂ ਇਸ ਦਾ ਆਨਸਰ ਦੇਣਾ ਹੈ ਥੋਮਸ ਕੱਪ ਦਾ ਸਬੰਧ ਕਿਸ ਖੇਡ ਨਾਲ ਹੈ ਠੀਕ ਹੈ ਜੀ ਇਹ ਤੁਹਾਡੇ ਆਪਸ਼ਨ ਨੇ ਤੁਸੀਂ ਇਸ ਦਾ ਆਨਸਰ ਜਿਹੜਾ ਕਮੈਂਟ ਬਾਕਸ ਵਿੱਚ ਟਰਾਈ ਕਰਨਾ ਹੈਗਾ ਐਂਡ ਸਾਰੇ ਬੱਚਿਆਂ ਨੇ ਇਸ ਦਾ ਆਨਸਰ ਕਮੈਂਟ ਬਾਕਸ ਵਿੱਚ ਦੇਣਾ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਠੀਕ ਹੈ ਜੀ ਕਮੈਂਟ ਬਾਕਸ ਵਿੱਚ ਆਨਸਰ ਦੇਣਾ ਹੈਗਾ ਸੋ ਦੈਟਸ ਆਲ ਥੈਂਕਸ ਥੈਂਕ ਯੂ ਵੈਰੀ ਮਚ ਆਸ਼ਾ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਕੰਟੈਂਟ ਜਿਹੜਾ ਅੱਛਾ ਲੱਗਿਆ ਹੋਵੇਗਾ ਅੱਛਾ ਲੱਗਿਆ ਤਾਂ ਵੀਡੀਓ ਨੂੰ ਤੁਸੀਂ ਲਾਈਕ ਕਰ ਦੇਣਾ ਐਂਡ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਨੂੰ ਸ਼ੇਅਰ ਕਰਨਾ ਚੈਨਲ ਦੇ ਨਵੇਂ ਹੋ ਤਾਂ ਇਸ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਪੀਡੀਐਫ ਚਾਹੀਦੀ ਹੈ ਜੇ ਤੁਹਾਨੂੰ ਟੈਲੀਗ੍ਰam ਚੈਨਲ ਤੇ ਜਿਹੜੀ ਪੀਡੀਐਫ ਹੈ ਉਪਲਬਧ ਹੋ ਚੁਗੀ ਠੀਕ ਹੈ ਜੀ ਇੰਨਾ ਕਹਿੰਦਾ ਹੋਇਆ ਮੈਂ ਆਪਣੀ ਵੀਡੀਓ ਨੂੰ ਇੱਥੇ ਰੁਕਦਾ ਹਾਂ ਜੀ ਜੈ ਹਿੰਦ ਜੈ ਭਾਰਤ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਧੰਨਵਾਦ ਜੀ